ਜਸ ਪੰਜਾਬੀ ਦੇ ਜਨਤਾ ਦੀ ਆਵਾਜ਼ ਇਸ ਪ੍ਰੋਗਰਾਮ ਵਿੱਚ ਆਪ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਸੀਂ ਹਰ ਹਫ਼ਤੇ ਆਪਣੇ ਵਿਰਸੇ ਇਤਿਹਾਸ ਆਪਣੇ ਮਸਲਿਆਂ ਆਪਣੇ ਮੁੱਦਿਆਂ ਆਪਣੇ ਕਈ ਪਹਿਲੂ ਜਿਹੜੇ ਸਾਡੇ ਜੀਵਨ ਨੂੰ ਛੂੰਹਦੇ ਹਨ ਅਸੀਂ ਉਹਨਾਂ ਤੇ ਆਪ ਨਾਲ ਬੜੀ ਡੂੰਗੀ ਵਿਚਾਰ ਕਰਦੇ ਹਾਂ ਇਹ ਹਫ਼ਤਾ ਨਾ ਕੇਵਲ ਸਿੱਖਾਂ ਦੇ ਇਤਿਹਾਸ ਦਾ ਨਾ ਕੇਵਲ ਪੰਜਾਬ ਦੇ ਇਤਿਹਾਸ ਦਾ ਤੇ ਜੇਕਰ ਕਹਿ ਲਿਆ ਜਾਏ ਹਿੰਦੁਸਤਾਨ ਦੇ ਇਤਿਹਾਸ ਦਾ ਨਹੀਂ ਬਲਕਿ ਦੁਨੀਆ ਦੇ ਇਤਿਹਾਸ ਦਾ ਇੱਕ ਉਹ ਸੁਨਹਿਰੀ ਬਾਬ ਹੈ ਇੱਕ ਉਹ ਸੁਨਹਿਰੀ ਵਰਕਾ ਹੈ ਜਿਹੜਾ ਕਿ ਜਿਸ ਦੀ ਮਿਸਾਲ ਦੁਨੀਆ 'ਚ ਨਹੀਂ ਮਿਲਦੀ ਉਹ ਹੈ ਸਾਰਾ ਗੜੀ ਦਾ ਉਹ ਮਹਾਨ ਸਾਕਾ ਸਾਰਾ ਗੜੀ ਦੀ ਉਹ ਮਹਾਨ ਜੰਗ ਜਿਸਨੇ ਲੋਕਾਂ ਨੂੰ ਦੁਨੀਆ ਦੇ ਇਤਿਹਾਸਕਾਰਾਂ ਨੂੰ ਵੀ ਮਜਬੂਰ ਕਰ ਦਿੱਤਾ ਕਿ ਉਹ ਵੀ ਦੰਦਾ ਥੱਲੇ ਉਂਗਲੀਆਂ ਲੈ ਲੈਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਸੀ ਸਵਾ ਲੱਖ ਸੇ ਇੱਕ ਲੜਾਉ ਤਬ ਗੋਬਿੰਦ ਸਿੰਘ ਨਾਮ ਕਹਾਉ ਉਹ ਸਕਾਰਤ ਕੀਤੀ ਗਈ 12 ਸਤੰਬਰ ਦੀ 1897 ਦੀ ਉਹ ਜੰਗ ਜਿਸ ਨੂੰ ਯੂਨੈਸਕੋ ਨੇ ਦੁਨੀਆ ਦੀਆਂ 8 ਮਹਾਨਤਮ ਜੰਗਾਂ ਦੇ ਵਿੱਚ ਅੰਕਿਤ ਕੀਤਾ ਹੈ। ਔਰ ਉਸ ਜੰਗ ਦੇ ਵਿੱਚ ਜਿਹੜੀ ਕਿ ਨਾਰਥ-ਵੈਸਟ ਫਰੰਟੀਅਰ ਪ੍ਰਵਿੰਸ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜਾ ਉਸ ਵੇਲੇ ਹਿੰਦੁਸਤਾਨ ਦਾ ਹਿੱਸਾ ਸੀ। ਕੇਵਲ 21 ਸਿੱਖਾਂ ਦੀ ਇੱਕ ਟੁਕੜੀ ਛੋਟੀ ਜੀ ਟੁਕੜੀ ਸੀ ਜਿਹੜੀ ਕਿ ਇੱਕ ਪਿਕਟ ਦੇ ਉੱਤੇ ਮੌਜੂਦ ਸੀ। ਔਰ ਦੋ ਕਿਲੇ ਉਹਨਾਂ ਦੇ ਵਿਚਕਾਰ ਉਹ ਪਿਕਟ ਮੌਜੂਦ ਸੀ। ਔਰ ਉਸ ਦੇ ਵਿੱਚ ਕੁਝ ਸਿਗਨਲ ਮੈਨ ਸਨ ਜਿਹੜੀ ਸਿਗਨਲਿੰਗ ਪੋਸਟ ਸੀ ਜਿਹੜੇ ਸਿਗਨਲ ਦੇ ਰਹੇ ਸਨ ਦੋਨੋਂ ਕਿਲਿਆਂ ਦੇ ਵਿਚਕਾਰ 10000 ਦੀ ਪਠਾਣਾ ਦੀ ਫੌਜ ਨੇ ਅਫਰੀਦੀ ਤੇ ਹੋਰ ਜਿਹੜੇ ਕਬਾਈਲੀ ਸਨ ਉਹਨਾਂ ਨੇ ਜਦੋਂ ਹਮਲਾ ਕੀਤਾ ਔਰ ਇਹ ਪਿਕਟ गिर ਗਈ। ਪਰ ਇਹਨਾਂ ਨੇ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ। ਔਰ ਅਖੀਰ ਦੇ ਵਿੱਚ ਜਿਸ ਵੇਲੇ ਕੇਵਲ ਇੱਕ ਸਿੱਖ ਰਹਿ ਗਿਆ ਤਾਂ ਉਸਨੇ ਵੀ ਇਜਾਜ਼ਤ ਮੰਗੀ ਕਿ ਮੈਨੂੰ ਹੁਣ ਇਜਾਜ਼ਤ ਦਿਓ ਕਿ ਮੈਂ ਹੁਣ ਸਿਗਨਲਿਕ ਇਕੁਪਮੈਂਟ ਛੱਡ ਕੇ ਮੈਂ ਹੁਣ ਸਿਗਨਲ ਦਾ ਸਮਾਨ ਛੱਡ ਕੇ ਮੈਂ ਵੀ ਆਪਣੀ ਰਾਈਫਲ ਚੁੱਕ ਲਵਾਂ ਉਸ 21 ਸਿੱਖਾਂ ਦੀ ਛੋਟੀ ਜੀ ਟੁਕੜੀ ਨੇ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਅਖੀਰ ਦੇ ਵਿੱਚ ਦੁਸ਼ਮਣ ਵੱਲੋਂ ਇੱਕ ਸਿੱਖ ਜਦੋਂ ਰਹਿ ਗਿਆ ਉਸ ਨੇਮੀ ਕਾਫੀ ਵੱਡੀ ਗਿਣਤੀ ਵਿੱਚ ਦੁਸ਼ਮਣਾਂ ਦਾ ਕਾਹਨ ਕੀਤਾ ਔਰ ਉਹਨਾਂ ਨੇ ਉਸ ਪਿਕਟ ਨੂੰ ਅਗਲਾ ਦਿੱਤੀ ਤੇ ਪਰ ਫਿਰ ਵੀ ਉਹ ਪਿਕਟ ਦੁਸ਼ਮਣ ਦੇ ਕਬਜ਼ੇ ਵਿੱਚ ਨਹੀਂ ਆਈ ਇਹ ਜੋ ਮਹਾਨ ਸਾਖਾ ਹੋਇਆ ਯੂਨੈਸਕੋ ਨੇ ਇਸ ਨੂੰ ਆਪਣੇ ਉਸ ਰਿਕਾਰਡ ਵਿੱਚ ਅੰਕਿਤ ਕੀਤਾ ਦੂਸਰੀ ਪੱਖ ਤੋਂ ਵੀ ਇਹ ਇੱਕ ਮਹਾਨਤਮ ਵਿਰਾਸਤ ਹੈ ਦੁਨੀਆ ਦੀ ਬਹਾਦਰੀ ਦੇ ਸਾਖਿਆਂ ਦੇ ਵਿੱਚੋਂ ਪਹਿਲੀ ਵਾਰ ਹੋਇਆ ਕਿ ਇੱਕੋ ਦਿਨ ਕੇਵਲ ਇੱਕ ਦਿਨ ਦੇ ਵਿੱਚ ਜਿਹੜੇ ਸਭ ਤੋਂ ਉੱਚਤਮ ਮੈਡਲ ਹਨ ਬਹਾਦਰੀ ਦੇ ਜਿਹੜਾ ਆਰਡਰ ਆਫ ਮੈਰਿਟ ਜਿਸ ਨੂੰ ਵਿਕਟੋਰੀਆ ਕਰਾਸ ਜਾਂ ਬਾਅਦ ਵਿੱਚ ਪਰਮ ਵੀਰ ਚੱਕਰਾ ਕਹ ਲਓ ਕੇਵਲ ਇੱਕ ਜਾਂ ਦੋ ਵਿਅਕਤੀਆਂ ਨੂੰ ਨਹੀਂ ਬਲਕਿ ਸਾਰੇ ਦੇ ਸਾਰੇ ਉਹਨਾਂ 21 ਸਿੱਖਾਂ ਨੂੰ ਦਿੱਤਾ ਗਿਆ ਇੱਥੇ ਹੀ ਨਹੀਂ ਜਿਸ ਵੇਲੇ ਇੰਗਲੈਂਡ ਦੇ ਵਿੱਚ ਇਹ ਖਬਰ ਪਹੁੰਚੀ ਉਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਤਾਂ ਪੂਰੀ ਦੀ ਪੂਰੀ ਪਾਰਲੀਮੈਂਟ ਨੇ ਖੜੇ ਹੋ ਕੇ ਸਟੈਂਡਿੰਗ ਓਵੇਸ਼ਨ ਦਿੱਤੀ ਤੇ ਉਸ ਨੂੰ ਖਾਸ ਤੌਰ ਦੇ ਉੱਤੇ ਮੈਂਸ਼ਨ ਕੀਤਾ ਜਿਹੜੀ 36 ਸਿੱਖ ਜਿਹੜੀ ਉਸ ਵੇਲੇ ਪਲਟਨ ਸੀ ਉਹ 36 ਸਿੱਖ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾ ਫੌਜਾਂ ਦੇ ਬਾਅਦ ਜਿਹੜੀ ਅੰਗਰੇਜ਼ਾਂ ਨੇ ਉਹ ਪਲਟਨ ਰੇਸ ਕੀਤੀ ਸੀ ਉਹ ਰੇਜਮੈਂਟ 36 ਸਿੱਖ ਜਿਹੜੀ ਬਾਅਦ ਵਿੱਚ 4 ਸਿੱਖ ਔਰ 11 ਸਿੱਖ ਦੇ ਵਿੱਚ ਤਬਦੀਲ ਹੋਈ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਇਤਨੇ ਮੈਡਲ ਇਤਨੇ ਤਗਮੇ ਇਤਨੀ ਬਹਾਦਰੀ ਦੇ ਕਿਸੇ ਹੋਰ ਯੂਨਿਟ ਨੂੰ ਨਹੀਂ ਮਿਲੇ ਕੇਵਲ ਉੱਥੇ ਤੱਕ ਹੀ ਬਸ ਨਹੀਂ ਉਸ ਦੇ ਬਾਅਦ ਵੀ ਆਜ਼ਾਦੀ ਦੇ ਬਾਅਦ ਵੀ 1948 ਵਿੱਚ ਲਾਂਸ ਨਾਇਕ ਕਰਮ ਸਿੰਘ ਔਰ 1962 ਦੀ ਲੜਾਈ ਦੇ ਵਿੱਚ ਸੋਬੇਦਾਰ ਜੁਗਿੰਦਰ ਸਿੰਘ ਉਹਨਾਂ ਨੂੰ ਵੀ ਪਰਮਵੀਰ ਚੱਕਰਾ ਮਿਲਿਆ ਸਿੱਖ ਰੈਜiment ਨੇ ਹੀ 1965 ਦੀ ਜੰਗ ਵਿੱਚ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ ਉਹ ਕਾਰਨਾਮਾ ਕੀਤਾ ਨਹੀਂ ਤੇ ਹਿੰਦੁਸਤਾਨ ਦਾ ਨਕਸ਼ਾ ਸ਼ਾਇਦ ਕੁਝ ਹੋਰ ਹੁੰਦਾ ਇਹ ਜਿਹੜੀ ਕਮਾਲ ਦੀ ਬੈਟਲ ਹੋਈ ਹੈ ਅੱਜ ਉਸ ਨੂੰ ਅਸੀਂ ਯਾਦ ਕਰਦੇ ਹਾਂ ਔਰ ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਮਿੱਥਿਆ ਹੈ ਅਸੀਂ ਕੁਝ ਤਸਵੀਰਾਂ ਦੇ ਰਾਹੀਂ ਉਹਨਾਂ ਘਟਨਾਵਾਂ ਨੂੰ ਦੇਖਾਂਗੇ ਔਰ ਇਸ ਲੜਾਈ ਦੇ ਵਿੱਚ ਜਿਹੜੀ ਬਹਾਦਰੀ ਹੈ ਬਹਾਦਰੀ ਕੋਈ ਅਚਨਚੇਤ ਨਹੀਂ ਆ ਜਾਂਦੀ ਇਹ ਕੌਮਾਂ ਦੇ ਰਗ ਰੇਸ਼ੇ ਦੇ ਵਿੱਚ ਸੰਚਿਤ ਕੀਤੀ ਜਾਂਦੀ ਹੈ ਇਸ ਦੇ ਪਿੱਛੇ ਇਨਸਪੀਰੇਸ਼ਨਲ ਫੋਰਸ ਕਿਹੜੀ ਸੀ ਕਿ ਇਹ ਆਲ ਆਫ ਅ ਸਨਨ ਉਹ 21 ਸਿੱਖਾਂ ਦਾ ਹੀ ਕੋਈ ਆਪਣਾ ਫੈਸਲਾ ਸੀ ਜਾਂ ਇਸ ਦੇ ਪਿੱਛੇ ਕੋ ਮਹਾਨ ਬਖਸ਼ਿਸ਼ ਸੀ ਦਰਅਸਲ ਅਕਾਰਤ ਨਹੀਂ ਹੋਏਗਾ ਇਹ ਜਿਹੜੀ ਸਾਰਾ ਗੜੀ ਦੀ ਜੰਗ ਹੈ ਜਿਹੜੀ ਸਾਰਾ ਗੜੀ ਦੀ ਗੱਲ ਹੈ ਜੇ ਕਹਿ ਲਿਆ ਜਾਏ ਤਾਂ ਅਤਕਥਨੀ ਨਹੀਂ ਕਿ ਇਹ ਚਮਕੌਰ ਦੀ ਗੜੀ ਤੋਂ ਸਾਰਾ ਗੜੀ ਤੱਕ ਦਾ ਸਫਰ ਹੈ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ 40 ਸਿੱਖਾਂ ਨੇ 10 ਲੱਖ ਦੀ ਫੌਜ ਦਾ ਜਿਹੜਾ ਮੁਕਾਬਲਾ ਕੀਤਾ ਜਿਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਕਿਹਾ ਹੈ ਗੁਰਸਨਾ ਚਾਰੇ ਕੁਨਦ ਚਹਲ ਨਰ ਕੇ 10 ਲੱਖ ਬਰਾਇਤ ਬਰੂ ਬੇਖਬਰ ਭੁਖੇ ਪਾਣੇ ਚਾਲੀ ਸਿੱਖ ਕੀ ਕਰ ਸਕਦੇ ਹਨ ਜੇ 10 ਲੱਖ ਦੀ ਫੌਜ ਉੱਤੇ ਆ ਕੇ ਪੈ ਜਾਏ ਪਰ ਫਿਰ ਵੀ ਉਹਨਾਂ ਨੇ ਹਥਿਆਰ ਨਹੀਂ ਛੁੱਟੇ ਉਹ ਜਿਹੜੀ ਚਮਕੌਰ ਦੀ ਗੜੀ ਦੀ ਜੰਗ ਸੀ ਉਹ ਵੀ ਅਦੁੱਤੀ ਜੰਗ ਸੀ ਦੁਨੀਆ ਦੇ ਇਤਿਹਾਸ ਦੇ ਵਿੱਚ ਉਸ ਦਾ ਵੀ ਕੋਈ ਸਾਨੀ ਨਹੀਂ ਹੈ ਕੋਈ ਮੁਕਾਬਲਾ ਨਹੀਂ ਹੈ ਇਸ ਜੰਗ ਦੇ ਵਿੱਚ ਹੀ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦੇ ਸ਼ਹੀਦ ਹੋਏ ਇਸ ਜੰਗ ਦੇ ਵਿੱਚ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜਿਗਾ ਔਰ ਕਲਗੀ ਬਾਬਾ ਸੰਗਤ ਸਿੰਘ ਜੀ ਨੂੰ ਦਿੱਤੀ ਔਰ ਇਸ ਜੰਗ ਦੇ ਵਿੱਚ ਜਿਹੜੇ ਕਾਰਨਾਮੇ ਹੋਏ ਉਹ ਜਿਹੜੀ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਜਿਹੜੀ ਜੰਗ ਹੈ ਅਖਬਾਰ-ਏ ਦਰਬਾਰ-ਏ ਮਵਾਲਾ ਉਸਨੇ ਇੱਕ ਗੱਲ ਲਿਖੀ ਹੈ ਅਖਬਾਰ-ਏ ਦਰਬਾਰ-ਏ ਮਵਾਲਾ मुगल हुकूमत का मुगलिया सरकार का वो अखबार से वह अखबार नवीस जो रोज़ दया खबर दिता बाबा बंदा बहादुर जिस वेले लड़ रहे सन अखबारे दरबारे मुला जी पंजाबी यूनिवर्सिटी ने छापी है उस एक गल कमाल अंकित है वह अखबार नवीस लिखता है उसने दो गल लिखिया हैं वह कहता है मैं गलत ना हो जाव मैनू नहीं पता ये घटना सच्ची है कि गलत है पर यह मेरा फर्ज है कि जो हर बंदबान है वह मैं आप तक पहुँचा दिया वो दियामत लिख रहा है हर बंदे की हर शख्स की आवाम द आवाज है कि बाबा बंदा बहादुर ने दरिया पार करना सी पर दरिया केफान से पर बंदा बहादुर ने अरदास और दरिया रुक गया और उसके पार हो गए ये जो रिकॉर्ड मौजूद है अखबारे दरबारे मुआलावे अंकित किया दूसरी गल ਉਹ ਜਿਹੜੀ ਲਿਖ ਰਿਹਾ ਹੈ ਉਹ ਕਹਿੰਦਾ ਹੈ ਕਿ ਅੱਜ ਮੈਂ ਖੁਦ ਵੇਖਿਆ ਹੈ ਬਾਬਾ ਬੰਦਾ ਬਹਾਦਰ ਦੀ ਲੜਾਈ ਹਕੂਮਤ ਦੀਆਂ ਫੌਜਾਂ ਦੇ ਨਾਲ ਕਿਸ ਤਰ੍ਹਾਂ ਲੜ ਰਹੇ ਹਨ ਮਗਲ ਫੌਜਾਂ ਦੇ ਨਾਲ ਉਹਨਾਂ ਦੀ ਲੜਾਈ ਹੋ ਰਹੀ ਹੈ ਪਰ ਉਹ ਇੱਕ ਗੱਲ ਛੋਟੀ ਜੀ ਲਿਖਦਾ ਹੈ ਪਰ ਹਰ ਬੰਦੇ ਦੀ ਜ਼ਬਾਨ ਤੇ ਹੈ ਇਸ ਤਰ੍ਹਾਂ ਜਾਪ ਰਿਹਾ ਹੈ ਇਹ ਬੰਦਾ ਬਹਾਦਰ ਨਹੀਂ ਲੜ ਰਿਹਾ ਇਹ ਗੁਰਗੋਬਿੰਦ ਸਿੰਘ ਜੀ ਖੁਦ ਲੜ ਰਹੇ ਹਨ ਔਰ ਲੱਗਦਾ ਹੈ ਕਿ ਗੁਰਗੋਬਿੰਦ ਸਿੰਘ ਦੇ ਚਾਰੋਂ ਸਹਬਜ਼ਾਦੇ ਫਿਰ ਜ਼ਿੰਦਾ ਹੋ ਗਏ ਹਨ ਉਹ ਸਹਬਜ਼ਾਦੇ ਅੱਜ ਵੀ ਹਨ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਬਖਸ਼ਿਸ਼ ਅੱਜ ਵੀ ਹੈ ਭਾਈ ਸੁਬੇਕ ਸਿੰਘ ਸ਼ਹਾਬਾਦ ਸਿੰਘ ਨੂੰ ਇਹ ਕਿਹਾ ਸੀ ਕਿ ਤੇਰਾ ਇੱਕੋ ਇੱਕ ਬੇਟਾ ਹੈ ਤੂੰ ਆਪਣੀ ਕੁੱਲ ਬਚਾ ਲੈ ਭਾਈ ਸੁਬੇਕ ਸਿੰਘ ਨੇ ਕਿਹਾ ਸੀ ਹਮ ਕਾਰਨ ਗੁਰਕੁੱਲ ਹੈ ਗਵਾਈ ਹਮ ਕੁੱਲ ਰੱਖੇ ਕੌਣ ਵਡਾਈ ਜੇ ਕੁੱਲ ਹੀ ਬਚਣੀ ਹੁੰਦੀ ਤਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਹੀਂ ਵੱਜ ਜਾਣੀ ਚਾਹੀਦੀ ਸੀ ਸ਼ਾਇਦ ਜੇ ਚਮਕੌਰ ਦੀ ਗੜੀ ਨਾ ਹੁੰਦੀ ਤਾਂ ਸਾਰਾ ਗੜੀ ਦਾ ਸਾਕਾ ਵੀ ਨਹੀਂ ਸੀ ਹੋ ਸਕਣਾ ਉਹ ਚਮਕੌਰ ਦੀ ਜੰਗ ਉਸ ਤੋਂ ਸਾਰਾ ਗੜੀ ਤੱਕ ਦਾ ਸਫਰ ਔਰ ਉਸ ਦਾ ਜੋ ਨਤੀਜਾ ਉਹ ਸਾਡੇ ਸਾਹਮਣੇ ਹੈ ਅਸੀਂ ਕੁਝ ਤਸਵੀਰਾਂ ਦੇ ਰਾਹੀਂ ਅਸੀਂ ਆਪਣੇ ਸਫਰ ਨੂੰ ਪੂਰਾ ਕਰਾਂਗੇ ਔਰ ਉਸ ਦੇ ਬਾਅਦ 9 ਵਜੇ ਆਪਦੀਆਂ ਕਾਲਸ ਲੈ ਕੇ ਤਾਂ ਕਿ ਅਸੀਂ ਆਪਣੇ ਵਿਰਸੇ ਨੂੰ ਆਪਣੇ ਇਤਿਹਾਸ ਨੂੰ ਇਹ ਜਿਹੜਾ ਪਿਛਲਾ ਇਤਿਹਾਸ ਹੈ ਸਾਨੂੰ ਅੱਗੇ ਕੁਝ ਕਰ ਗੁਜ਼ਰਨ ਲਈ ਇਹ ਪ੍ਰੇਰਨਾ ਦਵੇਗਾ ਸਾਡਾ ਵਿਰਸਾ ਬਹੁਤ ਅਮੀਰ ਹੈ ਪਰ ਅਸੀਂ ਗਰੀਬੀ ਵਿੱਚ ਕਿਉਂ ਘੁੰਮ ਰਹੇ ਹਾਂ ਅਸੀਂ ਉਸ ਵਿਰਸੇ ਨੂੰ ਚੇਤੇ ਕਰੀਏ ਜਿਹੜੀ ਪਹਿਲੀ ਤਸਵੀਰ ਆਪ ਦੇਖ ਰਹੇ ਹੋ ਇਹ 36 ਸਿੱਖ ਰੈਜiment ਦੀ ਜਿਹੜੀ ਉਸ ਵੇਲੇ ਚਲਾਈ ਗਈ ਸੀ ਜਿਸ ਰੈਜiment ਨੂੰ ਅੱਜ ਤੱਕ 10 ਵਿਕਟੋਰੀਆ ਕ੍ਰਾਸ ਦੋ ਪਰਮਵੀਰ ਚੱਕਰਾ 14 ਮਹਾਵੀਰ ਚੱਕਰਾ 68 विक्टोरिया चक्र ਜਿਹੜੇ ਦਿੱਤੇ ਗਏ ਹਨ ਇਸ ਤੋਂ ਬਾਅਦ ਦੀਆਂ ਇਹ ਤਿੰਨ ਤਸਵੀਰਾਂ ਜਿਹੜੀਆਂ ਆਪ ਦੇਖੋਗੇ ਇਹ ਉਸ ਵੇਲੇ ਦੇ ਫੌਜੀ ਹਨ ਜਿਹੜੇ ਕਿ ਸਿੱਖ ਰੈਜiment ਦੇ ਫੌਜੀ ਇਹਨਾਂ ਦੀਆਂ ਜੋ ਕਮਾਲ ਦੀ ਡਰੈਸ ਔਰ ਜੋ ਕੋਛੇਨਾ ਦਾ ਵਿਰਸਾ ਹੈ ਇਸ ਤੋਂ ਅਗਲੀ ਜਿਹੜੀ ਤਸਵੀਰ ਹੈ ਉਹ ਆਪ ਦੇਖ ਰਹੇ ਹੋ ਇਹ ਉਹ ਮੈਡਲ ਹੈ ਜਿਹੜਾ ਮੈਡਲ ਉਹਨਾਂ ਨੂੰ ਆਰਡਰ ਆਫ ਦਿ ਮੈਰਿਟ ਜਿਹੜਾ ਉਹਨਾਂ ਨੂੰ ਮਿਲਿਆ ਸੀਗਾ ਇਸ ਤੋਂ ਅਗਲੀ ਤਸਵੀਰ ਇਹ ਉਸ ਸਾਰਾ ਗੜੀ ਦੀ جنگ ਦੇ ਉਹ ਮਹਾਨ ਯੋਧੇ ਜਿਹੜੇ ਹਵਲਦਾਰ ਈਸ਼ਰ ਸਿੰਘ ਔਰ ਲੈਫਟਨੈਂਟ ਕਰਨਲ ਐਕਟਿੰਗ ਲੈਫਟਨੈਂਟ ਕਰਨਲ ਜான் ਹਾਟਨ ਹਨ ਜਿਨ੍ਹਾਂ ਦੀ ਕਮਾਂਡ ਦੇ ਵਿੱਚ ਇਹ ਸਾਰਾ ਜான் ਹਾਟਨ ਉਸ ਲੜਾਈ ਦੇ ਦੌਰਾਨ 40 ਸਾਲ ਦੇ ਸਨ ਪਰ ਉਹ ਉਸ ਲੜਾਈ ਵਿੱਚੋਂ ਤਾਂ ਬਚ ਗਏ ਪਰ ਅਗਲੇ ਸਾਲ ਦੀ ਲੜਾਈ ਉਸੇ ਇਲਾਕੇ ਦੇ ਵਿੱਚ ਉਹ ਉੱਥੇ ਸ਼ਹੀਦ ਹੋਏ ਉਹ ਸਿੱਖ ਰੈਜiment ਦੇ ਕਮਾਂਡੈਂਟ ਸਨ ਜਿਹੜੇ ਕਿ ਉਸ ਲੜਾਈ ਦੇ ਵਿੱਚ ਅਗਲੀ ਲੜਾਈ ਦੇ ਵਿੱਚ ਉਹ ਸ਼ਹੀਦ ਹੋਏ ਦਰਅਸਲ ਪਠਾਣਾ ਦੇ ਨਾਲ ਔਰ ਸਿੱਖਾਂ ਦੇ ਨਾਲ ਇਹ ਇਹਨਾਂ ਦਾ ਪੁਰਾਣਾ ਸੰਬੰਧ ਰਿਹਾ ਹੈ ਇਤਿਹਾਸਕ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਹਿੰਦੁਸਤਾਨ ਦੇ ਉੱਤੇ ਹਮਲਾ ਹੋਇਆ ਬਾਬਰ ਦਾ ਹਮਲਾ ਹੈ ਔਰ ਜਿਸ ਵੇਲੇ ਹਮਲਾ ਹੁੰਦਾ ਹੈ ਤਾਂ ਦੋ ਫੌਜਾਂ ਹਨ ਜਿਹੜੀਆਂ ਦਿੱਲੀ ਦੀ ਦਹਲੀਜ਼ ਦੇ ਉੱਤੇ ਲੜ ਰਹੀਆਂ ਹਨ ਔਰ ਦੋਨੋਂ ਇਸ ਲਈ ਲੜ ਰਹੀਆਂ ਹਨ ਕਿ ਹਿੰਦੁਸਤਾਨ ਦੀ ਅਜ਼ਮਤ ਦੇ ਉੱਤੇ ਹਿੰਦੁਸਤਾਨ ਦੀ ਅਸਮਤ ਦੇ ਉੱਤੇ ਹਿੰਦੁਸਤਾਨ ਦੀ ਇੱਜ਼ਤ ਦੇ ਉੱਤੇ ਕਬਜ਼ਾ ਕਿਸ ਨੇ ਕਰਨਾ ਹੈ ਔਰ ਲੋਕਲ ਪਪੂਲੇਸ਼ਨ ਜੋ ਇੱਥੇ ਦਾ ਆਵਾਮ ਹੈ ਉਹ ਇਤਨਾ ਸਾਹ ਸਾਥ ਹੀਣ ਹੋ ਚੁੱਕਾ ਹੈ ਉਹ ਖੜਾ ਹੈ ਕਿ ਜੋ ਜਿੱਤੇਗਾ ਅਸੀਂ ਉਸ ਦੀ ਰਿਆਾਇਆ ਬਣਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਿਖਦੇ ਹਨ ਮੁਗਲ ਪਠਾਣਾ ਪਈ ਲੜਾਈ ਇਹ ਮੁਗਲਾਂ ਔਰ ਪਠਾਣਾ ਦੀ ਲੜਾਈ ਸੀ ਪਰ ਇਹ ਲੜਾਈ ਤੋਂ ਬਾਅਦ ਫਿਰ ਪੰਜਾਬ ਰਸਤੇ ਵਿੱਚ ਪੈ ਗਿਆ ਔਰ ਰਸਤੇ ਦੇ ਵਿੱਚ ਹੋਣ ਕਰਕੇ ਜਦੋਂ ਪਠਾਣਾ ਦਾ ਹਮਲਾ ਹੋਇਆ ਭਾਵੇਂ ਉਹ ਦੁਰਾਨੀਆਂ ਦਾ ਰੰਗਣਾ ਦਾ ਅਫਦਾਲੀ ਦਾ ਕਿਸੇ ਦਾ ਵੀ ਹਮਲਾ ਹੋਇਆ ਸਿੱਖ ਉਸ ਦੇ ਰਸਤੇ ਦੇ ਵਿੱਚ ਰੁਕਾਵਟ ਬਣ ਗਏ ਉਸ ਦਾ ਨਤੀਜਾ ਇਹ ਨਿਕਲਿਆ ਕਿ ਪਠਾਣਾ ਨੇ ਉਹਨਾਂ ਨੇ ਅਫਗਾਨੀਆਂ ਨੇ ਹਰਮੰਦਰ ਸਾਹਿਬ ਨੂੰ ਟਾ ਟੇੜੀ ਕੀਤਾ ਪਰ ਉਸ ਦਾ ਜਵਾਬ ਜੋ ਦਿੱਤਾ ਉਹ ਇਹੀ ਸੀ ਕਿ ਭਾਗੇ ਜਾ ਰਹੇ ਦੁਰਾਨੀ ਦੀ ਸਲਵਾਰ ਜਹਾਂ ਉਲਝਾਨੀ ਸੀ ਉਹ ਇਥੋਂ ਐਸੇ ਗਏ ਕਿ ਮੁੜ ਵਾਪਸ ਨਾ ਆਏ ਦਰਅਸਲ ਇਹਨਾਂ ਦੀ ਮਾਰੋ ਮਾਰ ਬਾਰ ਬਾਰ ਦੀ ਆਵਾਜ਼ ਆਈ ਨੇ ਦਿੱਲੀ ਦੀ ਹਕੂਮਤ ਉਸ ਮੁਗਲਿਆ ਸਲਤਨਤ ਨੂੰ ਇਤਨਾ ਕਮਜ਼ੋਰ ਕਰ ਦਿੱਤਾ ਕਿ ਪੰਜਾਬ ਦੇ ਸਿੱਖ ਉਸ ਵੇਲੇ ਪੜਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਤ ਸ਼ਾਹ ਦਾ ਔਰ ਪੰਜਾਬ ਦੀ ਇੱਕ ਆਮ ਲੋਕ ਗਾਥਾ ਸੀ ਮੋੜੀ ਮੋੜੀ ਬਾਬਾ ਕੱਚ ਵਾਲਿਆ ਛਈ ਰਨ ਗਈ ਬਸਰੇ ਮੋੜੀ ਬਾਬਾ ਕੱਚ ਵਾਲਿਆ ਪਰ ਸਿੱਖ ਆਮ ਤੌਰ ਦੇ ਉੱਤੇ ਉਸ ਵੇਲੇ ਛੜਦੀ ਕਲਾ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਪੜਦੇ ਸੀ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਾਬਲ ਤੇ ਕੁੱਤਾ ਮੰਗਵਾਉਂ ਮੁਗਲੋਂ ਤਾਂ ਹੀ ਤੜਾਉਂ ਦਿੱਲੀ ਤਖਤ ਉਡਾਉ ਜੜਤੇ ਸਿੰਘਨ ਕੋ ਬਿਠਾਉ ਔਰ ਉਹਨਾਂ ਦੀ ਆਵਾਜ਼ ਆਵੀ ਦੇ ਨਾਲ ਅਖੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹ ਸਾਰਾ ਪ੍ਰੋਸੈਸ ਉਸ ਨੂੰ ਉਲਟੀ ਗੰਗਾ ਵਹਾ ਕੇ ਉਹ ਰਸਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਔਰ ਬਲਕਿ ਕੋਹਿੰੂਰ ਜਿਸ ਨੂੰ ਜ਼ਬਰਦਸਤੀ ਤੋਹਫਾ ਕਹਿ ਲੋ ਜਾਂ ਜਿਸ ਤਰ੍ਹਾਂ ਵੀ ਕਹਿ ਲੋ ਉਹ ਤੋਹਫਾ ਜਿਹੜਾ ਕੋਹਿੰੂਰ ਦਾ ਸੀ ਇਸ ਰਿਸ਼ਤੇ ਨੂੰ ਉਸਨੇ ਹੋਰ ਪੀੜਾ ਕੀਤਾ ਉਹ ਸ਼ਾ ਸ਼ੁਜਾ ਜਿਹੜਾ ਬਾਦਸ਼ਾਹ ਸੀ ਅਫਗਾਨਿਸਤਾਨ ਦਾ ਉਸ ਇਲਾਕੇ ਦਾ ਉਸ ਦੇ ਕੋਲੋਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹ ਹੀਰਾ ਕੋਹਿੰੂਰ ਹੀਰਾ ਲਿਆ ਅਗਲੀ ਜਿਹੜੀ ਤਸਵੀਰ ਹੈ ਉਹ ਆਪ ਵੇਖ ਰਹੇ ਹੋ ਇਹ ਉਸ ਇਲਾਕੇ ਦੀ ਉਹ ਤਸਵੀਰ ਹੈ ਜਿਹੜੀ ਕਿ ਦੋ ਕਿਲੇ ਸਨ ਉਹਨਾਂ ਕਿਲਾਂ ਦੇ ਵਿੱਚਕਾਰ ਗੁਲਿਸਤਾਨ ਔਰ ਲੋਕਾਟ ਦੇ ਵਿੱਚ ਜਿਨ੍ਹਾਂ ਦੀ ਤਕਰੀਬਨ ਇਹਨਾਂ ਦੇ ਵਿਚਕਾਰ ਜਿਹੜੀ ਹੈ ਇਹ ਛੋਟੀ ਜੀ ਪੋਸਟ ਸੀ ਜਿਹੜੀ ਸਾਰਾ ਗੜੀ ਦੀ ਸੀ ਪਰ ਇਸ ਦੇ ਉੱਤੇ ਬਾਰ ਬਾਰ ਹਮਲੇ ਹੁੰਦੇ ਰਹੇ ਔਰ ਅਖੀਰ ਦੇ ਵਿੱਚ ਕਈਆਂ ਨੂੰ ਸ਼ਹੀਦ ਕਰਕੇ ਪਰ ਉਹਨਾਂ ਨੇ ਉਹ ਪਿਕਟ ਜਿਹੜੀ ਸੀ ਉਹ ਕਾਇਮ ਰੱਖੀ ਇਸ ਤੋਂ ਅਗਲੀ ਤਸਵੀਰ ਆਪ ਜਿਹੜੀ ਵੇਖ ਰਹੇ ਹੋ ਇਹ ਵੀ ਉਸ ਇਲਾਕੇ ਦੀ ਉਹ ਤਸਵੀਰ ਹੈ ਅਗਲੇ تصویر ਦੇ ਵਿੱਚ ਇੱਕ ਹੋਰ نقشਾ ਹੈ ਜਿਹੜਾ ਟੋਪੋਗ੍ਰਾਫੀਕਲ ਉਸ ਦਾ ਨਕਸ਼ਾ ਹੈ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਅੱਗ ਲਗਾ ਕੇ ਉਹ ਪਿਕਟ ਉਹ ਸਾਰਾ ਗੜੀ ਦੀ ਛੋਟੀ ਜੀ ਪਿਕਟ ਜਦੋਂ ਸਾੜ ਦਿੱਤੀ ਔਰ ਅਖੀਰ ਦੇ ਵਿੱਚ ਇੱਕ ਸਿਪਾਈ ਗੁਰਮੁਖ ਸਿੰਘ ਰਹਿ ਗਿਆ ਉਹ ਸਿਪਾਈ ਨੇ ਇਜਾਜ਼ਤ ਮੰਗੀ ਉਹ ਸਿਗਨਲ ਮੈਨ ਸੀ ਉਹ ਸਿਗਨਲ ਮੈਨ ਨੇ ਇਜਾਜ਼ਤ ਮੰਗੀ ਕਿ ਮੈਨੂੰ ਹੁਣ ਇਜਾਜ਼ਤ ਦਿਓ कि मैं अपनी सिग्नलिंग इक्विपमेंट सट के हुन मैं भी राइफल ਚੁੱਕ ਲਵਾਂ ਜਦੋਂ ਉਸ ਨੂੰ ਇਜਾਜ਼ਤ ਮਿਲ ਗਈ तकरीबन 60 ਦੁਸ਼ਮਣ ਦੀਆਂ ਫੌਜਾਂ ਦਾ ਉਸ ਨੇ ਕਾਣ ਕੀਤਾ ਇਸ ਨੂੰ ਦੇਖ ਕੇ ਇੱਕ ਗੱਲ ਚੇਤੇ ਆਈ ਪੁਰਾਣਕ ਵਿੱਚਿਆਸਕ ਕਹਾਣੀ ਹੈ ਕਿ ਇੱਕ ਤਕਸ਼ਕ ਇੱਕ ਵਾਰ ਕਿਸੇ ਬ੍ਰਾਹਮਣ ਨੂੰ ਉਸ ਦੇ ਪੈਰ ਦੇ ਅੰਗੂਠੇ ਨੂੰ ਕੋਵਿਸ਼ਟਾ ਲੱਗ ਗਈ ਕੋਈ ਗੰਧ ਲੱਗ ਗਿਆ ਉਸ ਦਾ ਵਹਿਮ ਨਾ ਜਾਏ ਉਸ ਨੇ ਬੜੀ ਕੋਸ਼ਿਸ਼ ਕੀਤੀ ਕਈ ਵਾਰ ਤੋਤਾ ਕਈ ਵਾਰ ਸਾਫ ਕੀਤਾ ਕਈ ਵਾਰ ਮਾਂਜਿਆ ਪਰ ਉਸ ਦਾ ਵਹਿਮ ਨਹੀਂ ਸੀ ਜਾ ਰਿਹਾ ਨਹੀਂ ਇਸ ਨੂੰ ਤਾਂ ਗੰਦ ਲੱਗ ਚੁੱਕਾ ਹੈ ਅਖੀਰ ਉਸਨੇ ਤਕਸ਼ਕ नाग ਨੂੰ ਸੱਦਿਆ ਜਿਹੜਾ ਮਿਥਿਆਸਕ ਤਕਸ਼ਕ नाग ਹੈ ਉਸ ਨੂੰ ਕਹਿਣ ਲੱਗਾ ਮੇਰੇ ਪੈਰ ਤੇ ਫੁਕਾਰਾਂ ਬਾਤ ਉਹ ਤਕਸ਼ਕ ਕਹਿਣ ਲੱਗਾ ਜਾਣਦੇ ਤੂੰ ਮੇਰੇ ਫੁਕਾਰੇ ਨੂੰ ਨਹੀਂ ਜਾਣਦਾ ਜਦੋਂ ਉਹ ਬਜ਼ਿੱਦ ਹੋ ਗਿਆ ਨਹੀਂ ਤੂੰ ਮੇਰੇ ਪੈਰ ਦੇ ਉੱਤੇ ਫੁਕਾਰਾਂ ਬਾਤ ਤਾਂ ਉਸ ਵੇਲੇ ਉਸ नाग ਨੇ ਵੇਖਿਆ ਇਕ ਟੀਲੇ ਜਿਆ ਮਰਿਆ ਜਿਆ ਛੋਟਾ ਜਿਆ ਇੱਕ ਨਵਾਂ ਜੰਮਿਆ ਸੱਪ ਸੀ ਬਿਲਕੁਲ ਟੀਲੇ ਜਿੰਨਾ ਉਸਨੇ ਉਸਨੂੰ ਕਿਹਾ ਉਸ ਟੀਲੇ ਜੇ ਸੱਪ ਨੂੰ ਕਿਹਾ ਕਿ ਇਹਦੇ ਪੈਰ ਤੇ ਪੁਕਾਰਾਂ ਮਾਰ ਜਦੋਂ ਉਸ ਟੀਲੇ ਜੇ ਨੇ ਪੁਕਾਰਾਂ ਮਾਰਿਆ ਉਸ ਬ੍ਰਾਹਮਣ ਦੀ ਲੱਤ ਉੱਡ ਗਈ ਸੋ ਉਹ ਤਾਂ ਵਿਚਾਰਾ ਸਿਗਨਲ ਮੈਨ ਸੀ ਜੇ ਉਹ ਸਿਗਨਲ ਮੈਨ ਹੋ ਕੇ ਜੇ ਉਹ ਇਤਨਾ ਕੁਝ ਕਰ ਸਕਦਾ ਤੇ ਜੇ ਵਾਕਈ ਉਹ ਦੂਸਰੇ ਫੌਜੀ ਹੁੰਦੇ ਤੇ ਉਹਨਾਂ ਨੇ ਕੀ ਕੁਝ ਕਰਨਾ ਸੀ ਇਹ ਜਿਹੜਾ ਇਤਿਹਾਸ ਹੈ ਜਿਹੜੀ ਜਿਵੇਂ ਗੱਲ ਕੀਤੀ ਹੈ ਪਿਛਲੇ ਇਤਿਹਾਸ ਤੋਂ ਅੱਗੇ ਲਈ ਪ੍ਰੇਰਨਾ ਮਿਲਦੀ ਹੈ ਜਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਔਰ ਇਸ ਤੋਂ ਬਾਅਦ ਦੀਆਂ ਜਿਹੜੀਆਂ ਦੋ ਤਸਵੀਰਾਂ ਹਨ ਜਾਂ ਤਿੰਨ ਤਸਵੀਰਾਂ ਇਹਨਾਂ ਦੇ ਵਿੱਚ ਉਹ ਪੂਰੀ ਛੋਟੀ ਜੀ ਗੱਡੀ ਉਸ ਨੂੰ ਸਾੜਨ ਤੋਂ ਬਾਅਦ ਜਦੋਂ ਇਸ ਦੇ ਉੱਤੇ ਕਬਜ਼ਾ ਫਿਰ ਵੀ ਸਿਕ ਰੈਜਮੈਂਟ ਦਾ ਰਿਹਾ ਉਹ ਫੌਜੀ ਉੱਥੇ ਖੜੇ ਹਨ ਔਰ ਉਹਨਾਂ ਦੀਆਂ ਇਹ ਤਸਵੀਰਾਂ ਹਨ ਇਸ ਤੋਂ ਅਗਲੀ ਔਰ ਇਹ ਸਾਰੀਆਂ 3-4 ਜਿਹੜੀਆਂ ਤਸਵੀਰਾਂ ਹਨ ਉਹ ਆਪ ਵੇਖੋਗੇ ਇਹ ਉਸੇ ਸਾਰਾ ਗੜੀ ਮੈਮੋਰੀਅਲ ਦੀਆਂ ਇਹ ਕਰਨਲ ਹਾਟਨ ਹਨ ਜான் ਹਾਟਨ ਜਿਹੜੇ ਕਿ ਉਸ ਤੋਂ ਅਗਲੀ ਲੜਾਈ ਦੇ ਵਿੱਚ ਇਹ ਸ਼ਹੀਦ ਹੋਏ ਇਹ ਆਪਣੇ ਫੌਜੀਆ ਦੇ ਨਾਲ ਸਿੱਖ ਰੈਜiment ਦੇ ਉਹਨਾਂ ਫੌਜੀਆ ਦੇ ਨਾਲ ਇਹ ਹਨ ਇਸ ਤੋਂ ਬਾਅਦ ਦੀਆਂ ਜਿਹੜੀਆਂ 4 ਤਸਵੀਰਾਂ ਹਨ ਇਹ ਉਸ ਇਲਾਕੇ ਦੀਆਂ ਹਨ ਜਿਹੜੀਆਂ ਕੁਝ ਤਸਵੀਰਾਂ ਕਰਨਲ ਹਾਟਨ ਨੇ ਖੁਦ ਖਿੱਚੀਆਂ ਸਨ ਇਹ ਪਲੇਟ ਹੈ ਜਿਹੜੀ ਕਿ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਮ ਅੰਕਿਤ ਕੀਤੇ ਗਏ। ਔਰ ਉਹਨਾਂ ਨੂੰ ਸਦੀਵੀ ਤੌਰ ਦੇ ਉੱਤੇ ਯਾਦ ਕਰਦਿਆਂ ਹੋਇਆਂ ਤਿੰਨ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਉਸਾਰੇ ਗਏ। ਇੱਕ ਗੁਰਦੁਆਰਾ ਸਾਹਿਬ ਸਾਰਾਗੜੀ ਉੱਥੇ ਉਸਾਰਿਆ ਗਿਆ। ਦੂਸਰਾ ਗੁਰਦੁਆਰਾ ਸਾਹਿਬ ਰੈਜiment ਵੱਲੋਂ ਫਿਰੋਜ਼ਪੁਰ ਦੇ ਵਿੱਚ ਸਾਰਾਗੜੀ ਦੀ ਯਾਦ ਵਿੱਚ ਔਰ ਤੀਸਰਾ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਕਤਵਾਲੀ ਦੇ ਸਾਹਮਣੇ ਸਾਰਾ ਗੜੀ ਦੀ ਯਾਦ ਦੇ ਵਿੱਚ ਉਸਾਰਿਆ ਗਿਆ ਇਸ ਤੋਂ ਅਗਲੀ ਤਸਵੀਰ ਜਿਹੜੀ ਹੈ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਇਹ ਚਮਕੌਰ ਦੀ ਉਸ ਮਹਾਨ ਜੰਗ ਦਾ ਜਿਹੜਾ ਸਫਰ ਹੈ ਜਿਸ ਦੇ ਬਾਰੇ ਅਲੇ ਯਾਰ ਖਾਂ ਜੋਗੀ ਰਹਿਮਾਨੀ ਨੇ ਕਿੰਨਾ ਕੁਝ ਲਿਖਿਆ ਹੈ ਸੋਏ ਹੋਏ ਬੱਚੋਂ ਕੋ ਕਹਾ ਸਿਰ ਕੋ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇ ਜਕੜ ਕਰ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਵਿਛੜ ਕਰ ਥੇ ਚਾਰ ਹੋ ਅਬ ਦੋ ਹੀ ਸਹਿਰ ਇਹ ਵੀ ਨਾ ਹੋਣਗੇ ਹਮ ਸਬਰ ਕਰਾਂਗੇ ਜੋ ਅਗਰ ਇਹ ਵੀ ਨਾ ਹੋਣਗੇ ਔਰ ਇਸ ਲੜਾਈ ਦੇ ਵਿੱਚ ਕਿਤਨੀ ਬਹਾਦਰੀ ਦੇ ਨਾਲ ਲੜੇ ਹਨ ਉਸ ਦਾ ਜ਼ਿਕਰ ਜੋਗੀ ਰਹਿਮਾਨੀ ਕਹਿੰਦਾ ਹੈ ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ ਉਹ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ ਘੋੜੇ ਪੇ ਹੋ ਅਸਵਾਰ ਕਿਲੇ ਸੇ ਨਿਕਲ ਆਏ ਕਿਆ ਵਸਫ ਹੋ ਉਸ ਤੇਗ ਕਾ ਇਸ ਤੇਗੇ ਜ਼ਬਾਂ ਸੇ वो म्यान से निकली नहीं निकली ये दहा से जोगी रहमानी ने उस सारे जिक्र जड़ा है उसने कर दिया अखीर देती करतार की सौगंध है नानक की कसम है जितनी भी हो तारीफ गोबिंद की वो कम है हर चंद मेरे हाथ में पुरजोर कलम है सतगुर के लिखूं वसफ कहाँ ताबे रकम है एक आंख से क्या बुलबुला कुल बहर को देखे स, एक आंख से क्या बुलबला कुल बहर को देखे सागर को या मัจधार को या लहर को देखे योगी रहमानी ये गल कह उठदा है रूह फूक दी वो कहता है कटवा दिए शिष्य शाम ने गीता को सुनाकर रूह फूक दी गोविंद ने औलाद कटाकर अगर गुरु साहब ने ओ महान कुर्बानी उन्होंने अपनी ਸਰਬੰਸ ਦੀ ਕੁਰਬਾਨੀ ਦਿੱਤੀ ਉਸ ਜੰਗ ਦੇ ਵਿੱਚ ਸਿੱਖਾਂ ਨੇ ਕਿਹਾ ਸੀ ਸੱਚੇ ਪਾਤਸ਼ਾਹ ਤੁਸੀਂ ਆਪਣੇ ਸਹਬਜ਼ਾਦਿਆਂ ਨੂੰ ਬਚਾ ਲਓ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਤੁਸੀਂ ਮੇਰੇ ਬੱਚੇ ਨਹੀਂ ਹੋ ਕਿ ਤੁਸੀਂ ਮੇਰੇ بیٹے ਨਹੀਂ ਹੋ ਇਨ ਪੁੱਤਰਨ ਕੇ ਸੀਸ पे वार दिए ਸਤ ਚਾਰ ਚਾਰ ਬੂਏ ਤੋਂ ਕੀ ਆ ਹੁਆ ਜੀਵਤ ਗਈ ਹਜ਼ਾਰ ਪੰਥਕ ਕਵੀ ਨੇ ਬਹੁਤ ਸੋਹਣਾ ਉਸ ਜੰਗ ਦੇ ਬਾਰੇ ਲਿਖਿਆ ਸੀ ਰਾਤ ਪਿੱਛੋਂ ਜੋ ਆਈ ਤੱਤੀ ਉਹ ਖੂਨੀ ਪ੍ਰਭਾਤ ਨਾ ਪੁੱਛੋ ਬੁਰਜ 'ਚ ਬੈਠੀ ਬੁੱਢੀ ਠੇਰੀ ਕਿਦਾਂ ਗੁਜਰੀ ਮਾਤ ਨਾ ਪੁੱਛੋ ਹਣਹਣ ਕਰਕੇ ਨੀਲਾ ਰੋਇਆ ਬਾਜ਼ ਦੇ ਕੁਝ ਜਜ਼ਬਾਤ ਨਾ ਪੁੱਛੋ ਕਲਮ ਮੇਰੀ ਨੂੰ ਕਾਂਬਾ ਛਿੜਦਾ ਅੱਗੋਂ ਦੇ ਹਾਲਾਤ ਨਾ ਪੁੱਛੋ ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਉਣ ਲੱਗਾ ਕਫਰ ਕਮਰ ਕਸਾ ਉਹ ਲਾ ਕੇ ਲੱਕ ਤੋਂ ਉਸ ਦੇ ਉੱਤੇ ਪਾਉਣ ਲੱਗਾ ਲੋਥਾਂ ਵਿੱਚੋਂ ਸੀਸ ਨੇ ਚੁੱਕੇ ਸਾਹਿਬ ਸੀਨੇ ਸਾਹਿਬ ਸੀਨੇ ਲਾਉਣ ਲੱਗਾ ਲੋਥਾਂ ਵਿੱਚੋਂ ਸੀਸ ਨੇ ਚੁੱਕੇ ਸਾਹਿਬ ਸੀਨੇ ਲਾਉਣ ਲੱਗਾ ਕਮਰ ਕਸਾ ਉਹ ਲਾ ਕੇ ਲਖ ਤੋਂ ਉਸ ਦੇ ਉੱਤੇ ਪਾਉਣ ਲੱਗਾ ਹੱਥ ਫੜ ਕੇ ਸਾਹਿਬ ਮੇਰਾ ਮੁੱਖੋ ਇੰਜ ਫਰਮਾਉਣ ਲੱਗਾ ਇੱਕੋ ਜਹੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਤੜ ਪਾਉਣ ਲੱਗਾ ਕਫਨ ਪਾਓ ਜਾਂ ਸਭ ਦੇ ਉੱਤੇ ਜਾਂ ਫਿਰ ਕਿਸੇ ਦੀ ਬਾਤ ਨਾ ਪੁੱਛੋ ਚਿੜੀਆਂ ਕਾਂ ਵੀ ਛਮਛਮ ਰੋਏ ਬੰਦੇ ਦੀ ਤਾਂ ਬਾਤ ਨਾ ਪੁੱਛੋ ਸੋ ਇਹ ਚਮਕੌਰ ਦੀ ਜੰਗ ਇਹ ਉਹ ਮਹਾਨ ਸਾਕਾ ਸੀ ਇਹ ਚਮਕੌਰ ਦੀ ਗੜੀ ਤੋਂ ਲੈ ਕੇ ਔਰ ਜਿਹੜਾ ਸਾਰਾ ਗੜੀ ਤੱਕ ਦਾ ਹੋਇਆ ਪਰ ਇਹ ਵਾਰਤਾ ਇੱਥੇ ਨਹੀਂ ਮੁੱਕ ਗਈ ਬਾਅਦ ਦੇ ਵਿੱਚ ਇਸ ਦਾ ਜਿਹੜਾ ਪਿਛੋਕੜ ਹੈ ਉਸ ਸਿੱਖ ਰੈਜਿਮੈਂਟ ਦਾ ਉਹ ਜਿਹੜਾ ਮਾਟੋ ਹੈ ਉਹਨਾਂ ਦਾ ਜਿਹੜਾ ਨਿਸ਼ਾਨ ਹੈ ਗੁਰਗੋਬਿੰਦ ਸਿੰਘ ਸਾਹਿਬ ਦੇ ਉਹ ਲਫ਼ਜ਼ ਹਨ ਦੇ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਭੂ ਨ ਟਰੋਂ ਨ ਡਰੋਂ ਅਰਸੋਂ ਜਬ ਜਾਏ ਨ ਰੋਂ ਨਿਸ਼ਚੇ ਕਰ ਆਪਣੀ ਜੀਤ ਕਰੋਂ ਇਹ ਜੋ ਉਸ ਰੈਜiment ਦਾ ਆਪਣਾ ਲੋਗੋ ਹੈ ਉਹਨਾਂ ਦਾ ਆਪਣਾ ਮੋਟੋ ਹੈ ਜਿਹੜਾ ਉਸ ਤੋਂ ਉਹਨਾਂ ਨੂੰ ਸੇਧ ਬਖਸ਼ਦਾ ਹੈ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਤੁਹਾਡੀਆਂ ਕਾਲਸ ਲਵਾਂਗੇ ਬ੍ਰੇਕ ਤੋਂ ਬਾਅਦ ਸਾਰਾ ਗੜੀ ਦੀ ਯਾਦ ਵਿੱਚ ਇਸ ਪ੍ਰੋਗਰਾਮ ਵਿੱਚ ਆਪ ਦਾ ਨਿੱਘਾ ਸਵਾਗਤ ਹੈ ਸੋ 12 ਸਤੰਬਰ 1897 ਨੂੰ ਅਫਰੀਦੀ ਅਤੇ ਔਰਕਜ਼ਈ ਇੱਕ ਕਬੀਲਿਆਂ ਦੇ ਕੀਤੇ ਹੋਏ ਹਮਲੇ ਨੂੰ ਪਛਾੜਦਿਆਂ ਹੋਇਆਂ ਕਿਸ ਤਰ੍ਹਾਂ ਸਿੱਖ ਰੈਜiment ਤੇ ਉਹਨਾਂ ਬਹਾਦਰ 21 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਕਿਸੇ ਇੱਕ ਨੇ ਵੀ ਹਥਿਆਰ ਨਹੀਂ ਛੋਟਿਆ ਉਹਨਾਂ ਸਾਰੇ ਦੇ ਸਾਰਾਂ ਨੂੰ ਸਾਰਿਆਂ ਨੂੰ ਜਿਹੜਾ ਹਾਈਐਸਟ ਅਵਾਰਡ ਸੀ ਸਰਵੋੱਚ ਅਵਾਰਡ इंडियन ऑर्डर ऑफ द मेरिट ਦਿੱਤਾ ਗਿਆ ਜਿਹੜੀ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਸਰੋਤ ਹੈ ਜਿਹੜੀ ਇਸ ਤੋਂ ਬਾਅਦ ਦੀ ਤਸਵੀਰ ਇਸ ਇਹ ਕਲਗੀ ਤਰਪਤਾ ਜਿਸ ਤਰੀਕੇ ਦੇ ਨਾਲ ਸਹਬਜ਼ਾਦਾ ਛੋਟੇ ਸਹਬਜ਼ਾਦੇ ਉਹਨਾਂ ਨੂੰ ਜਿਸ ਵੇਲੇ ਜੁਝਾਰ ਸਿੰਘ ਜੀ ਨੂੰ ਭੇਜ ਰਹੇ ਹਨ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਮੇਰਾ ਜੀ ਕਰਦਾ ਹੈ ਮੈਂ ਸਾਰੀਆਂ ਤਸਵੀਰਾਂ ਸਾੜ ਦਿਆਂ ਕਿਉਂਕਿ ਕੋਈ ਵੀ ਮੁਸਵਰ ਕੋਈ ਵੀ ਚિત੍ਰਕਾਰ ਕਿਹੜਾ ਚਿਤ੍ਰਕਾਰ ਹੈ ਜਿਹੜਾ ਗੁਰਗੋਬਿੰਦ ਸਿੰਘ ਸਾਹਿਬ ਦੀ ਉਸ ਭਾਵਨਾ ਨੂੰ ਅੰਕਿਤ ਕਰ ਸਕੇਗਾ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਸਿੱਖ ਵੀਰਤਾ ਦੇ ਚ ਚਿਤਰ ਜਿਹੜੀ ਪੁਸਤਕ ਜਿਸ ਦੇ ਵਿੱਚ ਉਹਨਾਂ ਰਜਮੇਂਟਾਂ ਦਾ ਉਹਨਾਂ ਦੇ ਬਹਾਦਰੀ ਦੀ ਸਾਰੀ ਗਾਥਾ ਹੈ ਜਿਹੜੀ ਮੁੱਕਦੀ ਨਹੀਂ ਪਰ ਇਸ ਦਾ ਸਰੋਤ ਜਿਵੇਂ ਆਪ ਅਗਲੀਆਂ ਦੋ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਇਹ ਸਿੱਖ ਰਜਮੇਂਟ ਦਾ ਜਾਂ ਫੌਜੀਆਂ ਦਾ ਜਿਹੜਾ ਸਰੋਤ ਹੈ ਜਦੋਂ ਵੀ ਮੈਦਾਨੇ ਜੰਗ ਵਿੱਚ ਜਾਂਦੇ ਸੀ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਔਰ ਉਸ ਦੀ ਰਹਿਨਮਾਈ ਉਸ ਦੀ ਸੋਚ ਉੱਕ ਕੇ ਉਹ ਕਰਦੇ ਸੀ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ 35 ਸਿੱਖ ਰੈਜiment 1895 ਦੇ ਵਿੱਚ ਜਦੋਂ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਕਰਨ ਲਈ ਆਈ ਤਾਂ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਦਰਸ਼ਨੀ ਜੋੜੀ ਦੇ ਵਿੱਚ ਇਹ ਅੰਕਤ ਹੈ ਇਸ ਤੋਂ ਅਗਲੀ ਤਸਵੀਰ ਅਗਲੀ ਤਸਵੀਰ ਇਹ ਸਾਰਾ ਗੜੀ ਦੀ ਯਾਦ ਦੇ ਵਿੱਚ ਜਿਹੜਾ ਫਿਰੋਜ਼ਪੁਰ ਦੇ ਵਿੱਚ ਉਹ ਮੈਮੋਰੀਅਲ ਹੈ। ਔਰ ਇਸ ਤੋਂ ਅਗਲੀ ਤਸਵੀਰ ਜਨਰਲ ਕਰਨਲ ਹਾਟਨ ਜான் ਹਾਟਨ ਦੀ ਉਹਨਾਂ ਦੀ ਕਬਰ ਹੈ ਜਿਹੜੀ ਪਸ਼ਾਵਰ ਦੇ ਵਿੱਚ ਉਹ ਬਣਾਈ ਗਈ ਹੈ। ਅੱਜ ਦਾ ਪਸ਼ਾਵਰ ਅੱਜ ਦਾ ਉਹ ਜੋ ਇਲਾਕਾ ਹੈ ਸਾਰਾ ਗੜੀ ਦਾ ਉਹ ਵੀ ਕਮਾਲ ਦਾ ਇਲਾਕਾ ਹੈ। ਜਿਹੜੇ ਪਠਾਨ ਹਨ ਉਹ ਤਜਾਰਤ ਕਰਨੀ ਜਾਂ ਉਹ ਦੁਕਾਨਦਾਰੀ ਕਰਨੀ ਉਸ ਨੂੰ ਠੀਕ ਨਹੀਂ ਸਮਝਦੇ ਉਹ ਕਹਿੰਦੇ ਹਨ ਇਹ ਕੰਮ ਠੀਕ ਨਹੀਂ ਹੈ ਪਰ ਕੋਈ ਵੀ ਨੰਗੇ ਸਿਰ ਨਹੀਂ ਹੁੰਦਾ ਹਰ ਇੱਕ ਦੇ ਸਿਰ ਦੇ ਉੱਤੇ ਪਗੜੀ ਹੈ ਪਰ ਉੱਥੇ ਜਿਹੜੇ ਅੱਜ ਦਾ ਜੋ ਸਾਰਾ ਗੜੀ ਦਾ ਹੈ ਉਹ ਵੀ ਕਾਫੀ ਇੰਟਰਸਟਿੰਗ ਹੋਏਗਾ ਵੇਖਣਾ ਜਿਹੜਾ ਆਪ ਤਸਵੀਰ ਦੇ ਵਿੱਚ ਦੇਖ ਰਹੇ ਹੋ ਇਹ ਸਿੱਖ ਹਨ ਜਿਹੜੇ ਅੱਜ ਉੱਥੇ ਦੁਕਾਨਾ ਕਰ ਰਹੇ ਹਨ ਇਹ ਉਸ ਰਿਸ਼ਤੇ ਨੂੰ ਦੱਸ ਰਿਹਾ ਹੈ ਜਿਹੜਾ ਪਠਾਣਾ ਦੇ ਨਾਲ ਅੱਜ ਵੀ ਕਾਇਮ ਹੈ ਪੇਦਾ ਦੀ ਫੋਰਟ ਵਿਚਸਨ اور ਜਿਸ ਵੇਲੇ ਦੂਸਰੀ ਜੰਗ ਦੇ ਵਿੱਚ ਉਸ ਇਲਾਕੇ ਦੇ ਵਿੱਚ ਲੰਡੀ ਕੋਤਲ ਔਰ ਉਸਦੇ ਨਜ਼ਦੀਕ ਉੱਥੇ ਪੋਸਟਡ ਸਨ ਔਰ ਉਹ ਦੱਸਦੇ ਸਨ ਕਿ ਹਰ ਵੇਲੇ ਉੱਥੇ ਗੋਲੀ ਚਲਦੀ ਸੀ ਅੰਗਰੇਜ਼ ਅਫਸਰਾਂ ਨੂੰ ਵੀ ਆਰਡਰ ਸੀ ਕਿ ਉਹ ਵੀ ਪਗੜੀ ਬੰਨ ਕੇ ਰੱਖਦੇ ਸਨ ਕਿਉਂਕਿ ਜਿੱਥੇ ਹੈਟ ਜਾਂ ਹੈਲਮਟ ਦੇਖਿਆ ਪਹਿਲੀ ਗੋਲੀ ਉੱਥੇ ਆ ਕੇ ਵੱਜਦੀ ਸੀ ਪਰ ਉਹ ਕਹਿੰਦੇ ਸਨ ਇੱਕ ਵਾਰ ਮੈਂ ਬਾਹਰ ਨਿਕਲ ਗਿਆ ਕਾਫੀ ਅੱਗੇ ਚਲਾ ਗਿਆ ਤੇ ਉੱਥੇ ਦੇਖਿਆ ਕਿ ਇੱਕ ਸਿਕ ਅੰਗੂਰ ਵੇਚ ਰਿਹਾ ਸੀ ਤਾਂ ਬੜੀ ਹੈਰਾਨੀ ਹੋਈ ਉਸ ਨੂੰ ਪੁੱਛਿਆ ਕਿ ਇੱਥੇ ਤਾਂ ਕੋਈ ਫਟਕਦਾ ਨਹੀਂ ਤੂੰ ਇੱਥੇ ਕੀ ਕਰ ਰਿਹਾ ਉਹ ਕਹਿਣ ਲੱਗਾ ਖੋਚੇ ਹਮਾਰਾ ਬਾਪ ਦਾਦਾ ਇਧਰ ਆਇਆ ਥਾ ਸੋ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰਛਿਆ ਰਿਹਾ ਹੈ ਖਾਲਸੇ ਦੀ ਬੋਲ ਬਾਲਾ ਸਾਰੀ ਜਗ੍ਹਾ ਹੈ ਜਿੱਥੇ ਵੀ ਉਹ ਗਿਆ ਹੈ ਉੱਥੇ ਉਸ ਨੇ ਆਪਣੀ ਪਛਾਣ ਉੱਥੇ ਉਸ ਨੇ ਆਪਣੀ ਛਾਪ ਛੱਡੀ ਹੈ ਸੋ ਇਸ ਪ੍ਰੋਗਰਾਮ ਦੇ ਇਹ ਜਿਹੜਾ ਸੈਗਮੈਂਟ ਸੀ ਪਰ ਇਹ ਗੱਲ ਸਿੱਖ ਰੈਜiment ਦੀ ਇੱਥੇ ਖਤਮ ਨਹੀਂ ਹੁੰਦੀ ਇੱਕ ਘਟਨਾ ਇਸ ਰੈਜiment ਦੀ ਜਿਹੜੀ ਬਹਾਦਰੀ ਜਾਂ ਇਸ ਰੈਜiment ਦੀ ਜਿਹੜੀ ਚੜ੍ਹਦੀ ਕਲਾ ਦਾ ਜ਼ਿਕਰ ਉਹ ਕਰਨਾ ਬਣਦਾ ਹੈ ਜਨਰਲ ਹਰਬਖਸ਼ ਸਿੰਘ ਨਾਲ ਜਦੋਂ ਇਸ ਬਾਰੇ ਗੱਲ ਹੋਈ ਜਿਹੜੇ ਸਿੱਖ ਰੈਜiment ਦੇ ਕਮਾਂਡੈਂਟ ਸਨ ਕਰਨਲ ਕਮਾਂਡੈਂਟ ਸਨ ਉਹ ਦੱਸ ਰਹੇ ਸਨ ਕਿ 1965 ਦੀ ਜੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਐਨ ਆ ਦੀ ਉਸਵਲੇ ਨਵੀਂ ਨਵੀਂ ਸ਼ਾਦੀ ਹੋਈ ਸੀ ਆਨੰਦ ਕਾਰਜ ਹੋਇਆ ਸੀ ਤਾਂ ਇਹ ਕਹਿਣ ਲੱਗੇ ਉਸ ਤੋਂ ਪਹਿਲੇ ਜੰਗ ਤੋਂ ਪਹਿਲੇ ਇਹ ਕਹਿਣ ਲੱਗੇ ਕਿ ਮੈਨੂੰ ਫੌਜ ਤੋਂ ਛੁੱਟੀ ਦਵਾ ਦੋ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਫੌਜ ਦੇ ਵਿੱਚੋਂ ਛੁੱਟੀ ਦੁਵਾਈ ਗਈ ਤੇ ਘਰ ਚਲੇ ਗਏ ਪਰ ਇਧਰੋਂ ਜੰਗ ਲੱਗ ਗਈ ਇਹ ਮੁੜ ਵਾਪਸ ਆ ਗਏ ਕਿ ਮੈਨੂੰ ਫਿਰ ਦੁਬਾਰਾ ਭਰਤੀ ਕਰ ਲਓ ਇਹ ਹੈ ਸਿੱਖ ਦੀ ਜਿਹੜੀ ਸਪਿਰਿਟ ਇਹ ਛੜਦੀ ਕਲਾ ਦਾ ਜਿਹੜਾ ਵਿਰਸਾ ਜਿਹੜਾ ਕਮਾਲ ਦਾ ਵਿਰਸਾ ਹੈ ਕਿ ਜੰਗ ਲੱਗ ਗਈ ਹੈ ਔਰ ਵਾਪਸ ਆ ਗਏ ਹਨ ਕਹਿਣ ਲੱਗੇ ਮੈਨੂੰ ਆਪਣੇ ਭਰਤੀ ਦੁਬਾਰਾ ਕਰ ਲਓ ਜੰਨਾ ਹਰਬਖ ਸਿੰਘ ਕਹਿਣ ਲੱਗੇ ਮੈਂ ਕਿਹਾ ਤੂੰ ਆਪਣੇ ਬਾਪ ਤੋਂ ਪੁੱਛ ਲਿਆ ਹੈ ਕਹਿਣ ਲੱਗੇ ਹਾਂ ਮੈਂ ਮਹਾਰਾਜਾ ਸਾਹਿਬ ਤੋਂ ਪੁੱਛ ਕੇ ਆਇਆ ਹਾਂ ਜੰਨਾ ਹਰਬਖ ਸਿੰਘ ਕਹਿਣ ਲੱਗੇ ਮੈਂ ਉਸੇ ਵੇਲੇ ਯਦਵਿੰਦਰਾ ਸਿੰਘ ਨੂੰ ਫੋਨ ਕੀਤੀ ਤੇ ਉਹਨਾਂ ਦਾ ਜਵਾਬ ਸੀ ਇਸ ਨੂੰ ਇਹਦੀ ਯੂਨਿਟ ਵਿੱਚ ਭੇਜ ਦਿਓ ਉਹ ਕਹਿਣ ਲੱਗੇ ਕਿ ਮੈਂ ਉਸ ਨੂੰ ਕਿਹਾ ਕੈਪਟਨ ਨੂੰ ਕਿ ਜੇ ਤੂੰ ਅਗਰ ਬੰਕਰ ਵਿੱਚ ਚਲਾ ਗਿਆ ਤਾਂ ਤੂੰ ਕੁਝ ਵੀ ਨਹੀਂ ਦੇਖ ਸਕੇਗਾ ਉੱਥੇ ਹੀ ਰਹੇਗਾ ਤੂੰ ਮੇਰੇ ਨਾਲ ਜੀਪ ਵਿੱਚ ਬੈਠ ਔਰ ਮੇਰਾ ਏਡੀਸੀ ਬਣ اور 1965 ਦੀ جنگ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਨਾ ਹਰਬਖਸ਼ ਸਿੰਘ ਦੇ ADC ਰਹੇ ਇਸ ਰੈਜiment ਦੇ ਜਿਹੜੇ ਮਹਾਨ ਕਾਰਨਾਮੇ ਕੀਤੇ ਹਨ ਤਾਂ ਕਿ ਉਹ ਇਸ ਕਰਕੇ ਕਰ ਸਕੇ ਕਿ ਉਹ ਗੁਰਗੋਬਿੰਦ ਸਿੰਘ ਸਾਹਿਬ ਦੇ ਉਹਨਾਂ ਅਸੂਲਾਂ ਦੇ ਉੱਤੇ ਜਿਹੜੇ ਉਹਨਾਂ ਨੂੰ ਉਹ ਜਿਹੜੀ ਪ੍ਰੇਰਣਾ ਜਿਹੜੇ ਉਹ ਪੈਗਾਮ ਜਿਹੜੇ ਉਹਨਾਂ ਨੂੰ ਮਿਲਦੇ ਰਹੇ ਖਖੰਡ ਬਿਹੰਡਖ ਖਲਦਲ ਖੰਡੰਗ ਅਤਰਣ ਮੰਡੰਗ ਬਰਬੰਡੰਗ ਬੁਜਦੰਡ ਅਖੰਡੰ ਤੇਜ ਚੰਡੰਗ ਜੋਤੀ ਮੰਡੰਗ ਭਾਂਤ ਰਬੰਗ ਉਸ ਨੂੰ ਨਾਲ ਲੈ ਕੇ ਤੁਰਦੇ ਰਹੇ ਉਹ ਦੇਸ਼ਵਾਦਾਂ ਉਹ ਨਾਰਾ ਮਾਰਦੇ ਹੋਏ ਉਹ ਕੁਰਬਾਨੀਆਂ ਲਈ ਹਮੇਸ਼ਾ ਹਮੇਸ਼ਾ ਤਿਆਰ ਰਹੇ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਮਹਾਨ ਸਪੂਤਾਂ ਨੂੰ ਜਿਨ੍ਹਾਂ ਨੇ ਨਾ ਕੇਵਲ ਆਪਣਾ ਬਲਕਿ ਪੂਰੀ ਕੌਮ ਦਾ ਨਾਮ ਸਾਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਜਸ ਪੰਜਾਬੀ ਵੱਲੋਂ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਹੁਣ ਅਸੀਂ ਆਪਦੀਆਂ ਕੁਝ ਕਾਲਸ ਲੈਣੀਆਂ ਚਾਹਾਂਗੇ ਤੁਸੀਂ ਸਾਨੂੰ ਕਾਲ ਜ਼ਰੂਰ ਕਰੋ 718786 5221 ਦੇ ਉੱਤੇ ਕਰਕੇ ਤੁਸੀਂ ਸਾਨੂੰ ਆਪਣੇ ਵਿਚਾਰਾਂ ਨਾਲ ਦੱਸੋ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਾਂ ਇਸ ਸਾਕੇ ਬਾਰੇ ਤੁਹਾਡੇ ਕੀ ਵਿਚਾਰ ਹਨ ਜਾਂ ਅਸੀਂ ਕੀ ਪੈਗਾਮ ਦੇਈਏ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਿਹਾ ਵੀਰ ਜੀ ਹਾਂਜੀ ਲੰਬਾ ਸਾਹਿਬ ਹੈ ਕੋ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਗਵਿੰਦਰ ਸਿੰਘ ਲੁਬਾਬ ਹੋ ਰਿਹਾ ਜੀ ਆਪਸਟੇਡ ਪੇਂਗਟਨ ਤੋਂ ਹਾਂਜੀ ਹਾਂਜੀ ਲੁਬਾਣਾ ਜੀ ਜੀ ਆ ਮਜ਼ਾ ਆਈ ਤੁਹਾਡਾ ਤੇ ਵੈਸੇ ਵੀ ਵਾ ਨਾਜਤ ਨੇ ਪ੍ਰੋਗਰਾਮ ਹੀ ਬੜਾ ਤਗੜਾ ਆਇਆ ਅਸੀਂ ਤਾਂ ਕਹਿੰਨੇ ਆ ਇਹ ਵਧਾਓ ਕੋ ਥੋੜਾ ਜਿਆਦਾ ਹੋਰ ਸਮਾਏ ਚ ਠੀਕ ਹੈ ਜੀ ਬਾਕੀ ਕਿ ਮਕੌਰ ਸਾਹਿਬ ਤੇ ਮੈਂ ਖੁਦ ਜਾ ਕੇ ਆਇਆ ਜੀ ਦੋ ਦਫਾ ਜੀ ਉੱਥੇ ਜਾ ਕੇ ਬੈਠੀ ਆ ਆਦਮੀ ਦਾ ਕਿ ਲੋਕ ਅੱਡਾ ਖੜਾ ਆਿੰਦਾ ਕਿ ਇੱਥੇ ਕਿੰਨਾ ਤਗੜਾ ਕਤਕ ਹੋਇਆ ਜੀ ਜੀ ਉੱਥੇ ਜਾ ਕੇ ਮਨ ਹੀ ਹੋਰ ਹੋ ਜਾਂਦਾ ਕਿ ਸਿੱਖ ਦਾ ਇੱਥੇ ਐਸ ਇਹ ਕੀਤਾ ਨਾਮ ਮਗਰਾਨ ਕੀਤਾ ਹੀ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਹਾਲਾਂ ਕਹਿੰਦਿਆਂ ਬੜਾ ਅਫਸੋਸ ਹੋ ਰਿਹਾ ਹੈ ਬਹੁਤ ਦੁੱਖ ਹੋ ਰਿਹਾ ਹੈ ਕਿ ਚਮਕੌਰ ਦੀ ਗੜੀ ਜਿਹੜੀ ਕਿ ਜਿਸ ਦੇ ਵਿੱਚ ਇਤਨਾ ਮਹਾਨ ਸਾਕਾ ਹੋਇਆ ਜਿੱਥੇ ਲੱਖਾਂ ਦੀ ਫੌਜ ਦੇ ਨਾਲ 40 ਭੁੱਖੇ ਸਿੱਖ ਭੁਖਣ ਪਾਣੇ ਲੜੇ ਹਨ ਪਰ ਉਸ ਜਗ੍ਹਾ ਦੇ ਉੱਤੇ ਉਹਦੇ ਨਾਲ ਦੀਆਂ ਗਲੀਆਂ ਦੇ ਵਿੱਚ ਮਤਲਬ ਉੱਥੇ ਉਹਨਾਂ ਘਰਾਂ ਦੇ ਵਿੱਚ ਟਾਇਲਟਸ ਨਾ ਹੋਣ ਕਰਕੇ ਗਲੀਆਂ ਦੇ ਵਿੱਚ ਹੀ ਲੋਕਾਂ ਨੇ ਕਈਆਂ ਨੇ ਆਪਣੇ ਬੱਚਿਆਂ ਨੂੰ ਨਾਲੀਆਂ ਦੇ ਉੱਤੇ ਬਿਠਾਇਆ ਹੋਇਆ ਇਹ ਪੂਰੀ ਕੌਮ ਲਈ ਮੇਰਾ ਖਿਆਲ ਹੈ ਇਸ ਤੋਂ ਵੱਡੀ ਤ੍ਰਾਸਦੀ ਔਰ ਟ੍ਰੇਜੇਡੀ ਨਹੀਂ ਹੋ ਸਕਦੀ ਅਸੀਂ ਦਾਅਵੇ ਕਰੀਏ ਜਿੰਨੇ ਮਰਜ਼ੀ ਕਰੀਏ ਪਰ ਜੇ ਅਸੀਂ ਉਸ ਨੂੰ ਸਾਹ ਨਹੀਂ ਸਕਦੇ ਉਸ ਮਰਕਜ਼ ਨੂੰ ਉਸ ਜਗ੍ਹਾ ਨੂੰ ਅਸੀਂ ਦੁਨੀਆ ਦੇ ਨਕਸ਼ੇ ਦੇ ਉੱਤੇ ਜੇ ਨਹੀਂ ਲਿਆਵਾਂਗੇ ਸਾਡਾ ਕੋਈ ਫਾਇਦਾ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਤਾਂ ਥੋੜਾ ਬੜਾ ਸ਼੍ਰੋਮਿਕ ਕਮੇਟੀ ਲੋਕ ਚਾਹੀਦਾ ਜੀ ਥੋੜਾ ਹੱਲਾ ਮਾਰਨਾ ਚਲੋ ਤੁਹਾਨੂੰ ਵੀ ਚਾਹੀਦਾ ਹੈ ਤੁਸੀਂ ਵੀ ਕਰੋ ਤੁਸੀਂ ਹਰ ਬੰਦਾ ਜੇ ਸਮਝੇਗਾ ਤੇ ਫਿਰ ਬਹੁਤ ਕੁਝ ਹੋ ਗਿਆ ਜੀ ਬਸ ਤੁਸੀਂ ਆਪੇ ਕਰ ਲਓ ਜਿਹੜੀ ਠੀਕ ਸਮਝਦੇ ਹੋ ਉਹ ਕਰ ਲਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਵਾਜਿਫਤ ਹੈਲੋ 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 ਹਾਂਜੀ ਹੈਲੋ ਹਾਂਜੀ ਕੌਣ ਬੋਲ ਰਹੀ ਜੀ ਬੋਲੋ ਤੁਸੀਂ ਯੂ ਆਰ オンਲਾਈਨ ਹਾਂਜੀ ਮੈਂ ਜੀ ਸਮੀਪ ਸਿੰਘ ਗੁੰਟਾਲਾ ਬੋਲ ਰਿਹਾ ਡੇਟਨੋ ਹਾਇਓ ਤਾਂ ਹਾਂਜੀ ਪਹਿਲੀ ਗੱਲ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬੜੀ ਖੁਸ਼ੀ ਹੋਈ ਕਿ ਤੁਸੀਂ ਬੜਾ ਵਧੀਆ ਟਾਪਿਕ ਲੈ ਕੇ ਆਏ ਤੇ ਤੁਸੀਂ ਰੋਚ ਬਹੁਤ ਖੁਸ਼ ਜੀ ਮਾਰਟਿੰਡ ਟਾਪਰ ਨੂੰ ਕਿ ਮੈਂ ਸਿਰਫ ਦੋ ਗੱਲਾਂ ਕਹਿਣੀਆਂ ਪਹਿਲੀ ਗੱਲ ਕਿ ਤੁਸੀਂ ਹੁਣੇ ਕਿਹਾ ਕਿ ਜਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਉੱਥੇ ਬੜਾ ਬੁਰਾ ਹਾਲ ਹੈ ਜੀ ਇਸ ਤਰ੍ਹਾਂ ਹੀ ਜਿਹੜੀ ਦੀਵਾਰ ਸੀ ਜੀ ਬੰਦੀ ਉੱਥੇ ਵੀ ਇਹਨਾਂ ਨੇ ਕੰਨ ਜਿਹੜੀ ਦੀਵਾਰ ਖਤਮ ਕਰ ਦਿੱਤੀ ਜੀ ਇਸ ਤਰ੍ਹਾਂ ਅੰਮ੍ਰਿਤਸਰ ਵੀ ਹੁਣ ਸਾਨੂੰ ਪਤਾ ਹੀ ਆ ਜਿਹੜਾ ਸਾਰਾ ਗੜੀ ਜਿੱਥੇ ਟਾਊਨ ਹਾਲ ਸਕੂਲ ਜਿਹਨੂੰ ਕਹਿੰਦੇ ਸੀ ਕ੍ਰੀ ਦੇ ਸਾਹਮਣੇ ਜੀ ਬਿਲਕੁਲ ਉੱਥੇ ਹੁਣ ਉੱਥੇ ਪਾਰਕਿੰਗ ਲੋਟ ਬਣ ਰਿਹਾ ਮਲਟੀਪਲ ਹਾਂਜੀ 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 ਇੱਥੇ ਕਾਫੀ ਮੇਰੇ ਫਾਦਰ ਸਾਹਿਬ ਗੁੰਡਾਰਾ ਸਾਹਿਬ ਨੇ ਵੀ ਕਾਫੀ ਗੁੰਜ ਕੀਤੀ ਉਹਨਾਂ ਨੇ ਕਹਿਣ ਦੀ ਕਿ ਵਿਕਾਸ ਮੰਚ ਵਾਲੋਂ ਕਿ ਇੱਥੇ ਨਾ ਬਣਾਓ ਕਿਤੇ ਹੋਰ ਹਾਂਜੀ ਹਾਂਜੀ ਬਾਰੋਂ ਕਿਸੇ ਨੇ ਸੁਣੀ ਨਹੀਂ ਪਰ ਇਹੀ ਕਹਿਣ ਦਾ ਭਾਵ ਇਹੀ ਹੈ ਇਸ ਪ੍ਰੋਗਰਾਮ ਦਾ ਦਰਅਸਲ ਮਕਸਦ ਇਹ ਹੈ ਕਿ ਅਸੀਂ ਆਪਣੇ ਸਵੈ ਪਰਚੋਲ ਕਰੀਏ ਅਸੀਂ ਬਹੁਤ ਇਸ ਮਾਮਲੇ ਦੇ ਵਿੱਚ ਬਹੁਤ ਪਿੱਛੇ ਹਾਂ ਬਹੁਤ ਪਿੱਛੇ ਹਾਂ ਔਰ ਦੁਨੀਆ ਦੀਆਂ ਬਾਸ਼ੌਰ ਕੌਮਾਂ ਜਿਨ੍ਹਾਂ ਨੂੰ ਕੋਈ ਵਿਰਸੇ ਦੇ ਨਾਲ ਜ਼ਰਾ ਜਿਹਾ ਲਗਾਵ ਹੈ ਅਸੀਂ ਖਾਲੀ ਜੈਕਾਰੇ ਔਰ ਦਮਗੱਜੇ ਨਾ ਮਾਰੀਏ ਅਸੀਂ ਉਸ ਵਰਸੇ ਨੂੰ ਸਾਂਭ ਲਈਏ ਨਹੀਂ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਜੀ ਹੁਣ ਜਿਸ ਤਰ੍ਹਾਂ ਸਿੱਖ ਰੈਜਿਮੈਂਟ ਦੀ ਤੁਸੀਂ ਗੱਲ ਕੀਤੀ ਹੈ ਅਮਰੀਕਾ ਵਿੱਚ ਤੁਹਾਨੂੰ ਪਤਾ ਹੀ ਹੋਣਾ ਵੀ ਇਸ਼ੂ ਆਈ ਸੀ ਕੋਲੀਸ਼ਨ ਦੇ ਵਿੱਚ ਕੀਤਾ ਕਿ ਜੰਗ ਸਿੱਖ ਮੁੰਡਿਆਂ ਨੂੰ ਜੀ ਯਾਨੀ ਕਿਹਾ ਕਿ ਤੁਸੀਂ ਦਾੜੀ ਨਾਲ ਤੇ ਕੇਸ ਨਾਲ ਹਾਂਜੀ ਮਾਰ ਵੀ ਵਿੱਚ ਸਭ ਨਹੀਂ ਕਰ ਸਕਦੇ ਉਹ ਮੇਰਾ ਛੋਟਾ ਵੀਰ ਹੈਗਾ ਹਾਂਜੀ ਤੇ ਉਸ ਉਹਦੇ ਉਹਦੇ ਬਾਰੇ ਮੈਂ ਕਹਿਣਾ ਚਾਹਵਾਂਗਾ ਕਿ ਜਸ ਪੰਜਾਬੀ ਨੇ ਹੁਣੇ ਪਿੱਛੇ ਜੇ ਇੰਟਰਵਿਊ ਦਿੱਤੀ ਸੀ ਜੀ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਕਾਂਗਰਸਮੈਨ ਨੂੰ ਸਾਰਿਆਂ ਨੂੰ ਲਿਖੜ ਹਾਂਜੀ ਉਹਨਾਂ ਨੂੰ ਦੱਸਣ ਜਿਸ ਤਰ੍ਹਾਂ ਤੁਸੀਂ ਹੁਣੇ ਕਵਰ ਕੀਤੀ ਹੈ ਬੜੀ ਸੋਹਣੀ ਸਿੱਖ ਇਤਿਹਾਸਕ ਠੀਕ ਹੈ ਤੁਸੀਂ ਵੀ ਆਲਰੇਡੀ ਕਵਰ ਕਰਕੇ ਉਹਨਾਂ ਨੂੰ ਦੇ ਚੁੱਕੇ ਹੋ ਸਾਰੇ ਸੈਕੂਲੇਸ਼ਨ ਵਾਲੇ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਤਾਂ ਸੋਚਿਆ ਸੀ ਤੁਸੀਂ ਸ਼ਾਇਦ ਕਹਿਣ ਲੱਗੇ ਹੋ ਇਹਨਾਂ ਨੂੰ رائے ਦਿइए ਕਿ ਉੱਥੇ ਸਿੱਖ ਰੈਜiment ਹੀ ਭੇਜਣ ਉੱਥੇ ਅਫਗਾਨਿਸਤਾਨ ਚ ਬਹੁਤ ਬਹੁਤ ਧੰਨਵਾਦ ਹੈਲੋ 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 ਆਵਾਜ਼ ਟੀਵੀ ਦੀ ਘੱਟ ਕਰਕੇ ਤੁਸੀਂ ਸਾਡੇ ਨਾਲ ਗੱਲ ਕਰੋ ਹਾਂਜੀ ਤੁਸੀਂ ਯੂ ਆਰ ਆਨਲਾਈਨ ਤੁਸੀਂ ਆਵਾਜ਼ ਟੀਵੀ ਦੀ ਘੱਟ ਕਰਕੇ ਦੱਸੋ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਤੁਹਾਡੀ ਤੁਸੀਂ ਆਵਾਜ਼ ਟੀਵੀ ਦੀ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਜਿਹੜੇ ਵੀ ਟੀਵੀ ਤੇ ਜਿਹੜੇ ਵੀ ਫੋਨ ਕਰਨਾ ਚਾਹੁੰਦੇ ਐ ਸਾਨੂੰ ਟੀਵੀ ਦੀ ਆਵਾਜ਼ ਬੰਦ ਕਰਕੇ ਫੋਨ ਤੇ ਗੱਲ ਕਰੋਗੇ ਤਾਂ ਗੱਲ ਹੋਏਗੀ ਨਹੀਂ ਤੇ ਨਹੀਂ ਹੋਏਗੀ ਹੈਲੋ ਹੈਲੋ ਹਾਂਜੀ ਭਾਈ ਸਾਹਿਬ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰੋਗੇ ਤੇ ਤੁਸੀਂ ਆਪਣੀ ਗੱਲ ਸਾਡੇ ਤੱਕ ਪਹੁੰਚਾਓਗੇ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਜੀ ਹਾਂ ਜੀ ਮੈਂ ਰਚਿੰਦਰ ਕੌਰ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ ਹਾਂ ਜੀ ਹਾਂ ਜੀ ਭੈਣ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਅਸੀਂ ਪ੍ਰੋਗਰਾਮ ਦੇਖ ਰਹੇ ਸੀਗੇ ਐਕਚੁਅਲੀ ਅਸੀਂ ਸਦਾ ਹੀ ਦੇਖਦੇ ਆ ਉਹ ਫੋਨ ਪ੍ਰੋਗਰਾਮ ਹੈ ਤੁਹਾਡਾ ਜੀ ਅਸੀਂ ਇਹ ਕਹਾਂਗੇ ਕਿ ਜੇ ਤੁਸੀਂ ਹੋ ਸਕੇ ਤਾਂ ਐਵਰੀ ਡੇ ਪ੍ਰੋਗਰਾਮ ਮੈਨੇਜਮੈਂਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਐਵਰੀ ਡੇ ਪ੍ਰੋਗਰਾਮ ਹੀ ਕਰਦੇ ਹੋ ਜੀ ਜੀ ਮੇਰੇ ਕੋਲ ਇਨਾ ਮਟੀਰੀਅਲ ਹੈ ਨਹੀਂ ਜੀ ਚਲੋ ਕੋਈ ਗੱਲ ਜਿਹੜਾ ਤੁਸੀਂ ਵਿਸ਼ਾ ਲੈ ਕੇ ਆਉਨੇ ਆ ਇਹ ਅਸੀਂ ਕਈ ਵਾਰੀ ਤਾਂ ਇਹ ਚੀਜ਼ਾਂ ਸੁਣੀਆਂ ਹੀ ਨਹੀਂ ਹੁੰਦੀਆਂ ਕਿਤੇ ਵੀ ਨਾ ਤੇ ਬਹੁਤ ਅੱਛਾ ਲੱਗਦਾ ਸੀ ਕੋਈ ਮਹੀਨਾ ਕੋ ਹੋਇਆ ਪਹਿਲਾਂ ਨੈਟਵਰਕ ਲਿਆ ਜੀ ਹਾਂਜੀ ਤੇ ਜਿਸ ਦਿਨ ਪਹਿਲੇ ਦਿਨ ਤੁਹਾਡਾ ਪ੍ਰੋਗਰਾਮ ਦੇਖਿਆ ਮੇਰੇ ਹਸਬੰਦ ਕਹਿਣ ਲੱਗੇ ਕਿ ਸਾਡੇ ਤਾਂ ਅੱਜ ਹੀ ਪੈਸੇ ਪੂਰੇ ਹੋ ਗਏ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਹੁਤ ਚੰਗਾ ਲੱਗਦਾ ਹੈ ਸਾਡਾ ਆਲਵੇਜ਼ ਵਿਸ਼ਾ ਬਹੁਤ ਵਧੀਆ ਹੁੰਦਾ ਇੱਥੇ ਬੈਠਿਆਂ ਨੂੰ ਸਾਨੂੰ ਇਹਨੀਆਂ ਸੋਹਣੀਆਂ ਗੱਲਾਂ ਸੁਣਨੇ ਨੂੰ ਮਿਲਦੀਆਂ ਆ ਬਹੁਤ ਅੱਛਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਤਰ੍ਹਾਂ ਹੀ ਜੁੜੇ ਰਹੋ ਔਰ ਹੋਰਨਾਂ ਨੂੰ ਵੀ ਜੋੜੋ ਅਸੀਂ ਆਪਣੇ ਵਿਰਸੇ ਨਾਲ ਜੁੜਾਂਗੇ ਸ਼ਾਇਦ ਫਿਰ ਕੁਝ ਹਾਸਲ ਕਰੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਥੈਂਕ ਯੂ ਹੈਲੋ ਹੈਲੋ ਹਾਂਜੀ ਹੈਲੋ ਲੰਬਾ ਸਾਹਿਬ ਰਸਾਲ ਸਾਹਿਬ ਅਜੀ ਫਤਿਹ ਵਾਈ ਗੁਰਜੀ ਕੀ ਫਤਿਹ ਕਾਉਂਟ ਬੋਲ ਰਹੇ ਹੋ ਜੀ ਮੈਂ ਕਰਨਜੀ ਸ਼ਰਾ ਬੋਲ ਰਿਹਾ ਜੀ ਹਾਂਜੀ 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 ਖੈਰਾ ਸਾਹਿਬ ਸਾਡਾ ਜੀ ਚੜਦੀ ਕਲਾ ਹਾਂ ਜੀ ਹਾਲ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੇ ਆਹ ਜੀ ਹਾਂ ਜੀ ਸਹਾਦਾ ਦੇਖ ਰਿਹਾ ਹਾਂ ਐਪੀਸੋਡ ਬਹੁਤ ਹੀ ਵਧੀਆ ਐਪੀਸੋਡ ਆ ਚੁਣਿਆ ਜੀ ਅਜੇ ਐਪੀਸੋਡ ਚੰਗੇ ਰਹਾ ਕਰੋ ਜੀ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਆਪਣੇ ਵਿਰਸੇ ਨਾਲ ਜੁੜੀ ਰਹੇ ਤੇ ਇਹੋ ਜੀ ਪ੍ਰੇਰਨਾ ਲੈਂਦੀ ਰਹੇ ਠੀਕ ਹੈ ਜੀ ਅੱਜ ਬਹੁਤ ਜਿਆਦਾ ਮੋਸ਼ਨਲ ਹੋਇਆ ਤੇ ਬਹੁਤ ਮ제 ਲੱਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸ਼ੁਕਰੀਆ ਵੈਕ ਜੀ ਕੀ ਫਟ ਹੈਲੋ ਹੈਲੋ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਜੀ ਮੈਂ ਸੁਖਿੰਦਰ ਸਿੰਘ ਹੋ ਰਿਹਾ ਜੀ ਮੈਜਨ ਤੋਂ ਹਾਂਜੀ ਹਾਂਜੀ ਸੁਖਿੰਦਰ ਸਿੰਘ ਜੀ ਜੀ ਤੁਸੀਂ ਇੱਕ ਚੈਪਟਰ ਮੇਰੇ ਖਿਆਲ ਭੁੱਲ ਗਏ ਹੋ ਜਿਹੜੀ ਫਰਾਂਸ ਦੀ ਲੜਾਈ ਹੈ ਉਹ ਨਹੀਂ ਜ਼ਿਕਰ ਕੀਤਾ ਉਹ ਅਸੀਂ ਅੱਜ ਇਹਦਾ ਕਰ ਰਹੇ ਆ ਨਾ ਜੀ ਅੱਜ ਖਾਂਦੀ ਸੀ ਨਹੀਂ ਨਹੀਂ ਹੋਰ ਬੜੀਆਂ ਹੋਈਆਂ ਜੰਗਾਂ ਬਹੁਤ ਜਗ੍ਹਾ ਹੋਇਆ ਹੈ ਕਈ ਜਗ੍ਹਾ ਹੋਇਆ ਹੈ ਬਲਕਿ ਸਾਡੇ ਕੋਲ ਹੋਰ ਬੜਾ ਪਿਆ ਹੋਇਆ ਹੈ ਕੋਸ਼ਿਸ਼ ਕਰਾਂਗੇ ਅਸੀਂ ਸਾਰਿਆਂ ਨੂੰ ਲਈਏ ਪਰ ਅੱਜ ਕੇਵਲ ਅਸੀਂ ਸਾਰਾ ਗੜੀ ਦੇ ਚੈਪਟਰ ਨੂੰ ਅਸੀਂ ਲੈ ਰਹੇ ਹਾਂ ਤੇ ਬਾਕੀ ਵੀ ਸਾਡੀ ਮੋਦੀ ਗੱਲ ਲੈ ਲਈ ਹੈ ਜੀ ਸਿੱਖ ਰੈਜiment ਉਥੇ ਚਲੇ ਜਾਵੇ ਤੇ ਇਹਦਾ ਛੁਟਕਾਰਾ ਹੋਣਾ ਨਹੀਂਦਾ ਨਹੀਂ ਹੋਣਾ ਚਲੋ ਠੀਕ ਹੈ ਜੀ ਠੀਕ ਹੈ ਜੀ ਪਰ ਹੁਣ ਉਹ ਇੱਕ ਹੋਰ ਪ੍ਰੋਬਲਮ ਆ ਗਈ ਹੈ ਕਿ ਜਿਵੇਂ ਸਿੱਖ ਜਿਵੇਂ ਅੱਗੇ ਸੀਗੀਆਂ ਸਿੱਖ ਰੈਜiment ਜਦੋਂ ਉਹ ਜਕਾਰਾ ਲਾਂਦੇ ਜਦੋਂ ਆਪਣਾ ਇਤਿਹਾਸ ਪੜ੍ਹਦੇ ਐ ਹੁਣ ਪਿੱਛੇ ਜੇ ਇੱਕ ਕੋਈ ਅਕਾਲੀ ਲੀਡਰ ਕੋਈ ਬਹੁਤ ਗੁਰਦਾਸਪੁਰ ਇਲਾਕੇ ਚ ਲੈਕਚਰ ਦੇ ਰਿਹਾ ਸੀ ਜਦੋਂ ਜੂਜ਼ ਆਏ ਜਦੋਂ ਫਿਰ ਹਿਟਲਰ ਆਇਆ ਫਿਰ ਜਦੋਂ ਇਹ ਹੋਏ ਤੇ ਉਹ ਹੁਣ ਗੁਰਦਾਸਪੁਰ ਦੇ ਇਲਾਕੇ 'ਚ ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕਰੋ ਅਕਾਲੀ ਫੂਲਾ ਸਿੰਘ ਦੀ ਕਰੋ ਉਹ ਜਦੋਂ ਲੈਕਚਰ ਤੋਂ ਬਾਅਦ ਇੱਕ ਬਜ਼ੁਰਗ ਦੂਜੇ ਨੂੰ ਪੁੱਛਦਾ ਹੈ ਕਹਿੰਦਾ ਇਹ ਜੂਦੀ ਕੀ ਹੁੰਦੇ ਹੈਗੇ ਸੋ ਜਿਹੜਾ ਵਿਰਸਾ ਜਿਹੜਾ ਸਾਨੂੰ ਜੋੜੇਗਾ ਉਹ ਸਾਡਾ ਆਪਣਾ ਇਤਿਹਾਸ ਹੈ ਜਿਹੜਾ ਸਾਨੂੰ ਪ੍ਰੇਰਨਾ ਦੇਵੇਗਾ ਸੋ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਅਸੀਂ ਉਸ ਦੇ ਨਾਲ ਜੁੜੀਏ ਤੇ ਪਰ ਹੁਣ ਇਸ ਤਰ੍ਹਾਂ ਹੋ ਰਿਹਾ ਹੈ ਕਿ ਉਹ ਰੈਜਿਮੈਂਟ ਕੁਝ ਇਹਨਾਂ ਨੇ ਮਿਕਸਡ ਕਰ ਦਿੱਤੀਆਂ ਹੁਣ ਮਦਰਾਸੀ ਜੇਕਰ ਹੋਏਗਾ ਇਹ ਮਦਰਾਸੀ ਅਗਰ ਬੋਲੇ ਸੋ ਨਿਹਾਲ ਬੋਲੇਗਾ ਤੇ ਉਹ ਉਹਨੂੰ ਕੀ ਉਸਦਾ ਹੋਏਗਾ ਜਾਂ ਪਤਾ ਨਹੀਂ ਸਮਝ ਨਹੀਂ ਆਂਦੀ ਪਰ ਇਹ ਇਸ ਤਰ੍ਹਾਂ ਹੋ ਰਿਹਾ ਹੈ ਖੈਰ ਉਹ ਜਿਹੜੇ ਪਲਾਨਿੰਗ ਵਾਲੇ ਦੱਸ ਸਕਦੇ ਆ ਸਭ ਖੈਰ ਠੀਕ ਹੈ ਪਰ ਸਾਡਾ ਫਰਜ਼ ਇਹ ਹੈ ਕਿ ਅਸੀਂ ਆਪਣੇ ਫਰਜ਼ ਨੂੰ ਪਛਾਣੀਏ ਔਰ ਆਪਣੇ ਵਿਰਸੇ ਨੂੰ ਜ਼ਰੂਰ ਕਾਇਮ ਰੱਖੀਏ ਬਹੁਤ ਬਹੁਤ ਧੰਨਵਾਦ ਜੀ ਫਤਿਹ ਹਲੋ ਸਰ ਸੀਨਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਬਸ ਚੜਦੀ ਕਲਾ ਕੌਣ ਜੀ ਬਾਏ ਨਰ ਗਿਲ ਬੋੜਿਆ ਹਾਂ ਹਾਂਜੀ ਗਿਲ ਸਾਹਿਬ ਕਿੱਥੋਂ ਕੈਲੀਫੋਰਨੀਆ ਆਣਾ ਹੈ ਤੋਂ ਹਾਂਜੀ ਹੁਕਮ ਕਰੋ ਜੀ ਜੀ ਬਸ ਤੁਹਾਡਾ ਪ੍ਰੋਗਰਾਮ ਦੇ ਦੇ ਬਣ ਚੰਗਾ ਲੱਗਦਾ ਜੀ ਤੁਸੀਂ ਮੈਂ ਕਈ ਵਾਰ ਦੇ ਰਾ ਸਿੱਖ ਸਿੱਖ ਕਰਦੇ ਆ ਜੀ ਅੱਪਾ ਸਿੱਖਾਂ ਦੀ ਕੋਈ ਪ੍ਰਚਾਰਕ ਤਜਰਬਾ ਹੁੰਦੀ ਨਹੀਂ ਹਾਂਜੀ ਬਈ ਸਿੱਖਾਂ ਦੀ ਐਡਵਰਟਾਈਜ਼ਮੈਂਟ ਹੈਗੀ ਆ ਹਾਂਜੀ ਉਹ ਚਜਣਾ ਨਹੀਂ ਹੁੰਦੀ ਹੈਗੀ ਆ ਅੱਛਾ ਜੀ ਠੀਕ ਹੈ ਜੀ ਮੈਨੂੰ ਕਹਿਣਾ ਮਤਲਬ ਜਿਸ ਤਰ੍ਹਾਂ 크ਿਸਚੀਅਨਰ ਵੀ ਜੇ ਆਪਾਂ ਗੁਰਦੁਆਰੇ ਜਾਂਦੇ ਹਾਂ ਗੁਰਦੁਆਰੇ ਖੜੇ ਗੁਰਦੁਆਰੇ ਆਪਾਂ ਲੱਛਣਾ ਵਾ ਜਰਦਾ ਹੈਗਾ ਜੀ ਜੀ ਇੰਨਾ ਪੈਸਾ ਚੜਦਾ ਹੈਗਾ ਹਾਂਜੀ ਫਿਰ ਵੀ ਇਹ ਲੋਕੀ ਗੁਰਦੁਆਰੇ ਵਾਲੇ ਸਿੱਖਾਂ ਵਾਸਤੇ ਕਰਦੇ ਕੀ ਹੈਗੇ ਠੀਕ ਹੈ ਠੀਕ ਹੈ ਜੀ ਠੀਕ ਗੱਲ ਇਹ ਹੈਗੀ ਹੈ ਕਿ ਪਹਿਲੇ ਪ੍ਰਚਾਰ ਜਿਹੜਾ ਹੁੰਦਾ ਸੀਗਾ ਉਹ ਹਰ ਸਿੱਖ ਜਿਹੜਾ ਹੈ ਆਪਣੇ ਜੀਵਨ ਦੇ ਨਾਲ ਆਪਣੇ ਕਿਰਦਾਰ ਦੇ ਨਾਲ ਉਹ ਪ੍ਰਚਾਰ ਕਰਦਾ ਸੀ ਸੋ ਅਸੀਂ ਆਪਣੇ ਕਿਰਦਾਰ ਨਾਲ ਲੈ ਕੇ ਵੱਧਾਂਗੇ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਹਾਂਜੀ ਨਮਾ ਸਰ ਜੀ ਹਾਂਜੀ ਬੋਲ ਰਿਹਾ ਜੀ ਕੌਣ ਬੋਲ ਰਿਹਾ ਜੀ ਮੈਂ ਥੋੜੀ ਮੈਨੂੰ ਤਾਂ ਬੋਲਣਾ ਧਰਮ ਸਿੰਘ ਜੀ ਹਾਂਜੀ ਧਰਮ ਸਿੰਘ ਜੀ ਹਾਂਜੀ ਮੈਂ ਥੋੜੀ ਮੈਨੂੰ ਇਹਦਾ ਬੋਲਣਾ ਸਾਖਨ ਸੁਝਾਇਆ ਹੈ ਵੀ ਬਾਮਾ ਸਾਹਿਬ ਨੂੰ ਕਹੋ ਵੀ ਇੱਕ ਤੋਂ ਸਿੱਖ ਨਹੀਂ ਪਹੁੰਚ ਲਈ ਭਰਤੀ ਕਰਨੀ ਲੋੜ ਹੈ ਹਾਂਜੀ ਪਰ ਫੱਟੇ ਪਿਆਰ ਦੇ ਤੇ ਬੱਕਰੀਆਂ ਤੇ ਰੁੱਤ ਨਹੀਂ ਆਫਗਾਨਾਂ ਸੰਸਾ ਦੇ ਵਿੱਚ ਠੀਕ ਹੈ ਤੁਸੀਂ 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 ਤਿਆਰ ਹੋ ਤੁਹਾਡੀ ਮਿਹਰ ਰਹੀ ਹੈ ਅੱਛਾ ਚਲੋ ਠੀਕ ਧੰਨਵਾਦ ਥੈਂਕ ਯੂ ਹਲੋ ਹਾਂਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੱਭਾ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਸਾਡੇ ਕੌਣ ਬੋਲ ਰਹੀ ਤੁਸੀਂ ਦੱਸੋ ਆਪਣਾ ਨਾਮ ਤੇ ਅੱਛਾ ਜੀ ਮੈਂ ਬਖਸ਼ੀ ਸਿੰਘ ਬੋਲਦਾ ਜ਼ੀਨੋ ਤੋਂ ਜ਼ੀਨੋ ਸਿਟੀ ਤੋਂ ਹਾਂਜੀ ਤੇ ਕਿੰਨੇ ਸੀ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦੱਸਿਆ ਜੇਕਰ ਉਹ ਜਿੱਦਾਂ ਕਿ ਆਪਾਂ ਦੱਸਿਆ ਵੀ ਗੜੀ ਆਪਣਾ ਚਮਕੋਦ ਹੀ ਖੜੀ ਜੇਕਰ ਪੁਰਾਣੀ ਖੜੀ ਰੱਖੀ ਹੁੰਦੀ ਹਾਂਜੀ ਤੇ ਬਹੁਤ ਚੰਗੀ ਦੀ ਆਉਣ ਵਾਲੀ ਜਨਰੇਸ਼ਨ ਬੱਚੇ ਦੇਖਦੇ ਜੀ ਕਿਉਂਕਿ ਅੱਜ ਕੱਲ ਜਿਵੇਂ ਕਿ ਕਾਲਸਿਆ ਉਹ ਵਾਲੇ ਬਾਬੇ ਜਾਂ ਕੇ ਕੋਈ ਵੀ ਹੈਗੇ ਨੇ ਜੀ ਜਦੋਂ ਕਮੇਟੀ ਕਹਿ ਲਈਏ ਜੀ ਜੋ ਸਾਡੀਆਂ ਬਸਤਾਂ ਚੀਜ਼ਾਂ ਨੇ ਸਾਰੀਆਂ ਅਦੋਪ ਕਰਦੇ ਨੇ ਉਹ ਰੱਖੀਆਂ ਚਾਹੀਦੀ ਸਾਂ ਜੋ ਆਉਣ ਵਾਲੇ ਬੱਚੇ ਦੇਖ ਸਕਦੇ ਆ ਪਰ ਲੱਗਦਾ ਜੀ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਜਿਹੜਾ ਵਿਰਸਾ ਅਸੀਂ ਢਾ ਦਿੱਤਾ ਹੈ ਜਿਹੜਾ ਵਿਰਸਾ ਅਸੀਂ ਬਰਬਾਦ ਕਰ ਦਿੱਤਾ ਹੈ ਕਦੀ ਉਸਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਹੀ ਚੀ ਮੈਂ ਨਰਿੰਦਰ ਸਿੰਘ ਕਿੱਥੋਂ ਵੀਰ ਜੀ ਨਰਿੰਦਰ ਸਿੰਘ ਜੀ ਇਹ ਵਾਜੂ ਫਾਲਸਾਵਾ ਜੀ ਪਤਾ ਹੀ ਮੈਂ ਡੈਲਸ ਤੋਂ ਬੋਲਦਾ ਹਾਂ ਜੀ ਆਪ ਟੀਵੀ ਦੀ ਆਵਾਜ਼ ਕੱਟ ਕਰੋਗੇ ਜਿਹੜਾ ਵੀ ਸੱਜਣ ਗੱਲ ਕਰਨਾ ਚਾਹੁੰਦੇ ਟੀਵੀ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਗੱਲ ਕਰੋ ਹਾਂਜੀ ਹਾਂਜੀ ਦੱਸੋ ਹਾਂਜੀ ਮੈਂ ਕਹਣਾ ਚਾਹੁੰਦਾ ਇਹ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜੀ ਜੀ ਜਿੰਨੀ ਵੀ ਤਾਰੀਫ ਕਰ ਸਕੀ ਉਹ ਘੱਟ ਦੋਈ ਜੀ ਤੇ ਪਰ ਇਹ ਜਿਵੇਂ ਹੁਣ ਆਪਾਂ ਤੁਸੀਂ ਗੱਲ ਕੀਤੀ ਆਪਾਂ ਜਿਵੇਂ ਬਾਬਾ ਦੀਪ ਸਿੰਘ ਹੋਣ ਜੰਗਾ ਜੋ ਵੀ ਸਿੰਘਾਂ ਨੇ ਲੜੀਆਂ ਹੁਣ ਤੱਕ ਉਹਨਾਂ ਦੀ ਜੇ ਆਪਾਂ ਕਹਈਏ ਆਉਣ ਵਾਲੇ ਟਾਈਮ 'ਚ ਉਹ ਉਹਨਾਂ ਦੀ ਸੋਚ ਰੱਖਣ ਲਈ ਅੱਜ ਆਪਾਂ ਨੂੰ ਇਦਾਂ ਲੱਗਦੀ ਹੈ ਜਿਵੇਂ ਬਹੁਤ ਜਾਂਦੀ ਬਹੁਤ ਆਪਾਂ ਕਹਈਏ ਇਹ ਵੀ ਗਿਣਤੀ ਸਿੱਖਾਂ ਨੂੰ ਇਦਾਂ ਲੱਗਦੀ ਹੈ ਜਿਵੇਂ ਉਹ ਕਹਾਣੀਆਂ ਲਿਖੀਆਂ ਹੁੰਦੀਆਂ ਜੀ 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 ਜਿੰਨੂੰ ਜਿੰਦਾ ਇਹ ਚੀਜ਼ਾਂ ਨੂੰ ਤਾਂ ਹੀ ਰੱਖਿਆ ਜਾ ਸਕਦਾ ਜੇ ਅੱਜ ਕੱਲ ਦੇ ਮਾਹੌਲ 'ਚ ਆਪਣੀਆਂ ਕੁਰਸੀਆਂ ਨੂੰ ਪਿਆਰ ਕਰਨਾ ਵੜੇ ਸਿੱਖਾਉ ਨੂੰ ਦੇਖਣਾ ਉਹਨਾਂ ਨੂੰ ਗਰਮ ਦਲੀਏ ਕਹੇ ਕਿ ਐਂਦਾ ਕਹੇ ਕਿ ਪੜਿਆ ਜਾਵੇ ਤਾਂ ਉਹ ਤੋਂ ਬੱਕਰੀ ਗੱਲ ਉਹਨਾਂ ਨੂੰ ਪਛਾਣਿਆ ਜਾਵੇ ਵੀ ਇੰਦਾ ਹੈ ਜੀ ਇਤਿਹਾਸ ਇਤਿਹਾਸ ਹਮੇਸ਼ਾ ਦੁਹਰਾਉਂਦਾ ਹੈ ਔਰ ਸਮੇਂ-ਸਮੇਂ ਦੇ ਉੱਤੇ ਕੋਈ ਪੁਰਾਣੀ ਗੱਲ ਨਹੀਂ ਹੁੰਦੀ ਇਹ ਤੁਸੀਂ ਮੁੜ-ਮੁੜ ਦੇਖੋਗੇ ਹਿਸਟਰੀ ਰਿਪੀਟਸ ਐਂਡ ਹਿਸਟੋਰੀయన్స్ ਰਿਪੀਟ ਤੇ ਉਸ ਨੂੰ ਦੁਬਾਰਾ ਖੁੰਦਾ ਔਰ ਉਹ ਖਾਲਸਾ ਉਹੀ ਹੈ ਜਿਹੜਾ ਖਾਲਸਾ ਗੁਰੂ ਦੇ ਨਾਲ ਜੁੜਿਆ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਔਰ ਉਹ ਅੱਜ ਵੀ ਉਸੇ ਸਪਿਰਿਟ ਦੇ ਨਾਲ ਕੰਮ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਮੈਂ ਪਰਲੋਕ ਸਿੰਘ ਸੰਸਰਾ ਬੋਲ ਰਿਹਾ ਹਾਂ ਲੰਮਾ ਜੀ ਹਾਂਜੀ ਹਾਂਜੀ ਸੰਸਰਾ ਸਾਹਿਬ ਹਾਂਜੀ ਹੁਕਮ ਕਰੋ ਲੱਗਾ ਤੇ ਮੈਨੂੰ ਫੋਟੋਆਂ ਦੇਖ ਕੇ ਲੱਗਾ ਜੀ ਕਿ ਵੀ ਪਤਾ ਨਹੀਂ ਤੁਸੀਂ ਕਿੱਥੋਂ ਹਿਸਟਰੀ ਚੋਂ ਕੱਢ ਕੇ ਲਿਆਉਂਦੇ ਹੋ ਜੀ 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 ਤੇ ਇਹ ਫੋਟੋਆਂ ਦਾ ਮੈਨੂੰ ਬਹੁਤ ਸ਼ੌਕ ਹੈਗਾ ਜੀ ਜੀ ਚਲੋ ਤੁਹਾਨੂੰ ਦੇ ਦਿਆਂਗੇ ਇਹ ਬੇਨਤੀ ਕਰਨਾ ਚਾਹਨਾ ਕਿ ਅਗਰ ਤੁਸੀਂ ਮਿਲ ਜਾਓ ਮੇਰੇ ਨਾਲ ਜੀ ਆਪਾਂ ਇੱਕ ਕਿਤਾਬ ਛਾਪਦੇ ਹੀ ਏ ਕਿ ਸਿੱਖ ਕੌਣ ਹੈਗੇ ਨੇ ਜੀ 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 ਤੇ ਅਮਰੀਕਾ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਚਲੋ ਆਪਾਂ ਸਾਰੇ ਜੁੜੇ ਹਾਂ ਹੁਣ ਜਸ ਪੰਜਾਬੀ ਨਾਲ ਜੁੜ ਜਾਓ ਤੇ ਇਹਦੇ ਜੁੜ ਕੇ ਅਸੀਂ ਕਾਫੀ ਕੁਝ ਕਰ ਸਕਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ थैंक यू हेलो 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 हाँ जी सत्या नाम बताओ सत कौन भीर जी मैं सर अपना पैसा भी नहीं तो बोल रहा हूँ नवदीप सिंह ग्राया हाँ जी ग्राया साहब <laughs> साफ सुथरा रहे हैं मारे बेनती है हुक्म करो बस से मारे कृपा की थी कि जे राज मिल गया जी ताड़ेवर के पंजे चुंदे शहीद नाल जी ਕਤੋਂ ਨਾਲ ਹੋਰੇ ਬੰਦੇ ਹੋ ਧੰਨਵਾਦ ਕਰਨੇ ਬੰਦੇ ਹੋ ਜੀ ਗੱਲ ਇਹ ਹੈ ਗੱਲ ਇਹ ਹੈ ਮੈਂ ਮੈਂ ਵਕੀਲ ਹਾਂ ਤੇ ਕਹਿੰਦੇ ਜਿਹੜੀ ਕਮੇਟੀ ਫੇਲ ਕਰਨੀ ਉਹਦੇ ਵਿੱਚ ਵਕੀਲ ਪਾ ਲਓ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਹੈਲੋ ਰਾਮਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਹਾਂ ਜਰਾਵਰ ਸਿੰਘ ਟੱਡਪੋਰ ਹੈ ਜੀ ਬਸ ਸੁਣ ਜੀ ਨਹੀਂ ਤੋ ਹਾਂ ਜੀ ਡਾਕਟਰ ਸਾਹਿਬ ਕਹਿਣਾ ਮਤਲਬ ਕਿ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ ਜੀ ਸਾਡੇ ਕੋਲ ਐਕਸਪੈਸਾ ਅਤੇ ਸੈਕਸ ਦੀ ਬਹੁਤ ਅੱਛੀ ਕਲੈਕਸ਼ਨ ਹੈ ਜੀ ਜੀ ਆਸ਼ਕਾ ਤੁਹਾਡੇ ਨਾਲ ਮੁਲਾਕਾਤ 2001 ਵਿੱਚ ਹੋਈ ਹੁੰਦੀ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਜਦੋਂ ਸਿੱਖ ਮਿਊਜ਼ੀਅਮ ਸੈਬਲਿਸ਼ ਕੀਤਾ ਸੀਗਾ ਹਾਂਜੀ ਸਾਨੂੰ ਆਪਣੇ ਐਫਸੀਪੀਸੀ ਅਤੇ ਪੰਜਾਬ ਕਰ ਉਹਦੇ ਤੋਂ ਬੜੀ ਨਿਰਾਸ਼ਾ ਹੋਈ ਜੀ ਥੋੜੀ ਮੁਸ਼ਕਲਾਂ ਜਿੰਨਾ ਵੀ ਅਸੀਂ ਕਰ ਸਕਿਆ ਸੀ ਕੋਸ਼ਿਸ਼ ਕੀਤੀ ਜੀ ਜੀ ਕਿ ਹੋ ਸਕਦਾ ਜੇ ਉਸ ਵੇਲੇ ਤੁਹਾਡੇ ਨਾਲ ਮੁਲਾਕਾਤ ਹੋਈ ਤੇ ਅਸੀਂ ਤੁਹਾਡੇ ਜੀ ਜੀ ਇਹ ਹੋਰ ਵੀ ਥੋੜਾ ਤਰਿਕਾ ਨਿਕਲ ਨੀ ਕੋਈ ਗੱਲ ਨਹੀਂ ਕਦੀ ਵੀ ਅਸੀਂ ਵੀ ਆਰ ਨੈਵਰ ਲੇਟ ਜਿਸ ਨੂੰ ਕਹਿੰਦੇ ਹਨ ਨਾ ਕਿ ਜਿਵੇਂ ਪਾਈ ਨੰਦ ਲਾਲ ਨੇ ਕਿਹਾ ਇੱਕ ਦਿਹਾੜੇ ਸਤਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ ਪਾਏ ਸਾਡੇ ਲਿਖੀ ਗਰੀਬੀ ਸੋ ਮਸਤਕ ਕਰ ਲਈਤੀ ਅੱਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ ਅਸੀਂ ਕੋ ਨਿਰਾਸ਼ ਨਾ ਹੋਈਏ ਅਜੇ ਬਹੁਤ ਕੁਝ ਹੋਣ ਵਾਲਾ ਹੈ ਅਜੇ ਜਿਨ੍ਹਾਂ ਨੇ ਹੁਣ ਜੰਮਣਾ ਹੈਗਾ ਉਹਨਾਂ ਨੇ ਵੀ ਅਗਲੀਆਂ ਬੱਲਾ ਮਾਰਨੀ ਹੈ ਇਸ ਕਰਕੇ ਕਦੀ ਕੋਈ ਵੀ ਆਰ ਨੈਵਰ ਲੇਟ ਬੀ ਹੈਵ தி ਐਕਸਪੀਰੀਅੰਸ ਲੈਟ ਅਸ ਸ਼ੇਅਰ ਇਟ ਜੀ ਅਰੇ ਵੀ ਨਾ ਰਾਤ ਨਹੀਂ ਹੈਗੇ ਪਰ ਇਹ ਸਿਰਫ ਇਹ ਇੱਕ ਵੇ ਇੱਕ ਮੌਕੇ ਬਮਕੇ ਜਦੋਂ ਵੀ ਤੁਹਾਡੇ ਜਿਹੜੇ ਜੋ ਕੁਝ ਵੀ ਤੁਹਾਡੇ ਕੋਲ ਕਲੈਕਸ਼ਨ ਹੈਗੀਆਂ ਜੀ ਇਹ ਆਪਾਂ ਉਸ ਆਪਣੇ ਨਹੀਂ ਇਹ ਕੌਮ ਦੀ ਅਮਾਨਤ ਹੈ ਕੌਮ ਦੇ ਕੋਲ ਮੌਜੂਦ ਹੈ ਅਸੀਂ ਇਸ ਨੂੰ ਸ਼ੇਅਰ ਕਰਾਂਗੇ ਸਾਡਾ ਪਰਪਸ ਹੀ ਇਹ ਹੈ ਔਰ ਅਸੀਂ ਕਰ ਵੀ ਰਹੇ ਹਾਂ ਇਹ ਹੀ ਆਪ ਦੇਖ ਰਹੇ ਹੋ ਕਿ ਅਸੀਂ ਉਹੀ ਕਰ ਰਹੇ ਹਾਂ ਜੀ ਅਸੀਂ ਆਪਣੇ ਤੱਕ ਨਹੀਂ ਮਹਿਦੂਦ ਰੱਖਿਆ ਹਾਂਜੀ ਧੰਨਵਾਦ ਹੈਲੋ ਯਾ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਜੀ ਸਰਨਜੀ ਸਿੰਘ ਹੋ ਰਹੇ ਕਿੱਥੋਂ ਵੀਰ ਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਮੈਂ ਨਿਊਯਾਰਕ ਤੋਂ ਹਾਂ ਜੀ ਹਾਂਜੀ ਹੁਕਮ ਕਰੋ ਵੀਰ ਜੀ ਹਾਂਜੀ ਭਾਜੀ ਚਲੋ ਮੇਰੇ ਤੇ ਨਾ ਮੈਂ ਪੜਿਆ ਲਿਖਿਆ ਨਹੀਂ ਕੋਈ ਗੱਲ ਨਹੀਂ ਹੁਕਮ ਕੀ ਇੱਕ ਮੇਰੀ ਅਰਜ਼ੀ ਹੈ ਜੀ ਹੁਕਮ ਕਰੋ ਤੁਸੀਂ ਮੇਰੀ ਅਰਜ਼ੀ ਹੈ ਜੀ ਪਹਿਲੋਂ ਹੀ ਛੋਟੀ ਪੀੜੀ ਨੇ ਸੰਭਰ ਸਾਡੇ ਸਾਡੇ ਬਾਬਿਆਂ ਨੇ ਜੋ ਕੀਤਾ ਸੀ ਉਹ ਦੀਨ ਦੇ ਨਹੀਂ ਸਕਦੇ ਜੀ ਹਾਂਜੀ ਠੀਕ ਹੈ ਕੋਈ ਬੰਦਾ ਨਹੀਂ ਦੇਣ ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਬੋਲੋ ਆਵਾਜ਼ ਨਹੀਂ ਆ ਰਹੀ ਤੁਹਾਡੀ ਰੁਕ ਜਾਂਦੀ ਹੈ ਟੀਵੀ ਦੀ ਆਵਾਜ਼ ਘੱਟ ਕਰਕੇ ਬੋਲੋ ਜੀ ਜੀ ਹੈਲੋ ਹੈਲੋ ਹਾਂ ਜੀ ਇਹ ਟੀਵੀ ਦੀ ਆਵਾਜ਼ ਨਹੀਂ ਬੰਦ ਹੋਏਗੀ ਤੇ ਬੜਾ ਮੁਸ਼ਕਲ ਹੋ ਰਿਹਾ ਹੈਗਾ ਜੀ ਹੈਲੋ हेलो ਸਤਿ ਸ਼੍ਰੀ ਅਕਾਲ ਨੰਬਾ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਸਤ ਗੁਰ ਕੀ ਸੇਵਾ ਸਫਲਾ ਜੇ ਕੋ ਕਰੇ ਚਤ ਲਾਏ ਤੁਸੀਂ ਸਿੱਖਿਆ ਜੀ ਸੇਵਾ ਵਧੀਆ ਕਰ ਰਹੇ ਹੋ ਚਲੋ ਸਿੱਖ ਦਾ ਅੱਜ ਕੱਲ ਬੋਲ ਬਾਲਾ ਸਿੱਖ ਬੰਬੇ ਕਲਕੱਤੇ ਦੀਆਂ ਮਾਰਕੀਟਾਂ ਦਾ ਮਾਲਕ ਸਿੱਖ ਹਿੰਦੁਸਤਾਨ ਦਾ ਮਾਲਕ ਜੀ ਇਹ ਜਿਹੜੇ ਖਰਾਬ ਬੋਲਦੇ ਉਹਨਾਂ ਨੇ ਗੱਲਾਂ ਨਾ ਮੋਂਸਨ ਸਿੰਦੀ ਨਿਊਯਾਰਕ ਤੋਂ ਜੀ ਅੱਛਾ 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 ਮੁਬਾਰਕ ਜੀ ਤਾਂ ਤਾਂ ਨਾ ਨੂ ਹਿੰਦੁਸਤਾਨ ਦੇ ਵਿੱਚ ਬੰਬੇ ਕਲਕੱਤੇ ਦੀਆਂ ਮਾਰਕੀ ਤੋਂ ਦਾ ਮਾਲਕ ਸਿੱਖ ਹਿੰਦੁਸਤਾਨ ਦਾ ਮਾਲਕ ਸਿੱਖ 2% ਸਾਰੇ ਸਿੱਖ ਹਿੰਦੁਸਤਾਨ ਦੇ ਵਿੱਚ ਠੀਕ ਨਹੀਂ ਖੁਸ਼ੀ ਆਪਾਂ ਕੀ ਕਹਿ ਸਕਦੇ ਆ ਵਾਹਿਗੁਰੂ ਦਾ ਖੁਸ਼ੀ ਖੁਸ਼ੀ ਰਹਿਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਭੁਖ ਨੰਗ ਦੀ ਕੋਈ ਪਰਵਾਹ ਨਹੀਂ ਹੁਕਮ ਹੋਵੇ ਤੇ ਦੇਗਾਂ ਨੂੰ ਚੱਟੀਆਂ ਜੀ ਸਿੱਖੀ ਦਾ ਝੰਡਾ ਸਾਰੇ ਜੱਗ ਤੇ ਖੜਕੂ ਆ ਜੀ ਹਾਂ ਨਹੀਂ ਨਹੀਂ ਉਹੀ ਓਏ ਕਹਿੰਦਾ ਭੁੱਖ ਲੰਗ ਦੀ ਕੋਈ ਪਰਵਾਹ ਨਹੀਂ ਹੁਕਮ ਹੋਵੇ ਤੇ ਦੇਗਾ ਨੂੰ ਚੱਟিয়ে ਜੀ ਧੰਨਵਾਦ ਹੈਲੋ ਹੈਲੋ ਲੰਬਾ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਐ ਹਿਊਸਟਨ ਤੋਂ ਬੋਲ ਰਿਹਾ ਮੈਂ ਅਨੋਨਿਮਸ ਸਰਵੰਗਾਂ ਮੈਂ ਤਾਂ ਟਨਾ ਕੁਝ ਸ਼ੇਅਰ ਕਰਨਾ ਚਾਹਨਾ ਆਪ ਆਪਣਾ ਨਾਮ ਦੱਸੋਗੇ ਭਾਈ ਸਾਹਿਬ ਆਈ ਐਮ ਅਨੋਨਿਮਸ ਨਹੀਂ ਨਹੀਂ ਤੁਸੀਂ ਦੱਸੋ ਐਸ ਤਰਾ ਹੈ ਕਿ ਅਸੀਂ ਅੱਗੇ ਵੀ ਇੱਕ ਵਾਰ ਸ਼ੁਰੂ ਸ਼ੁਰੂ ਸਾਡੇ ਨਾਲ ਹੈਨਾ ਹਾਂ ਹਾਂ ਤੁਸੀਂ ਸਾਲ ਪਹਿਲਾਂ ਨੀ ਜਿਹੜੇ ਕਾਂਗਰਸ ਐਂਡ ਐਕਟ ਜ਼ਿਲੋ ਇਹਨੇ ਉਹ ਉਹ ਸਾਡੇ ਗੁਰਦੁਆਰੇ ਵਿੱਚ ਪਰਿਆ ਆਏ ਤਾਂ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਨਹੀਂ ਸੀ ਹਾਂਜੀ ਤੋਂ ਇਹਨੇ ਆਪਣੀ ਆਪ ਰਿਸਰਚ ਕਰਕੇ ਸਾਰਾ ਸਾਰਾ ਗਾਈਦਾ ਹਾਂਜੀ ਤਾਂ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਸੁਣਾਇਆ ਕਿ ਕਿ ਮੈਂ ਸਲੂਟ ਕਰਨਾ ਹਾਂਜੀ ਅਮਰੀਕਾ ਦੇ ਕਾਂਗਰਸ ਮੈਂਨਾਂ ਨੂੰ ਜਿਹੜੀ ਆਪਣੀ ਰਿਸਰਚ ਆਪ ਕਰਕੇ ਹਾਂਜੀ ਲੋਕਾਂ ਨੂੰ ਸਿਰ ਮੱਥੇ ਤੇ ਝੁਕੜਿਆ ਤੇ ਤੁਹਾਡਾ ਆਪਣਾ ਫਰਜ ਹੈ ਜਿਸ ਵੀ ਲੋਕਾਂ ਨੂੰ ਦੱਸੀਏ ਹਾਂਜੀ ਮਤ ਕਹੀਏ ਤੇ ਐ ਵਾ ਤੁਸੀਂ ਦੱਸਿਆ ਸ੍ਰੋਹਿਟ ਮਾਰੇ ਕੋ ਕੀ ਹੋ ਰਹੀ ਹੈ ਚੱਲਣਾ ਆਇਆ ਕੋ ਜੇ ਦਰਸ਼ਨ ਵਾਲੇ ਲੋਕ ਹੋ ਜੇ ਕਿ ਸਾਡੇ ਆਮ ਸਿੱਖ ਬੱਚਿਆਂ ਨੂੰ ਤੇ ਸਿੱਖੀ ਜਨਤਾ ਨੂੰ ਜਾਗ ਰੱਖਣ ਕਿ ਸਾਡਾ ਵਿਸ਼ਵਾਸਨਾ ਉੱਚਾ ਹੈ ਠੀਕ ਹੈ ਤੁਸੀਂ ਇਹ ਕਰਕੇ ਇਹ ਬਹੁਤ ਅਮਰੀਆਂ ਜੀ 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 ਸਿੱਖੀ ਦਾ ਸੋਨਾ ਸਾਬ ਨੂੰ ਦੱਸਦੇ ਹੋ ਤੇ ਗੁਰੂ ਮਹਾਰਾਜ ਪੜ ਲੰਬੀ ਉਮਰ ਦੇਵੇ ਅੱਛਾ ਹੁਣ ਅਸੀਂ ਵੀ ਤੁਹਾਡੇ ਉਬਾਰੀ ਹੋਵਾਂਗੇ ਤੁਸੀਂ ਆਪਣਾ ਨਾਂ ਤੇ ਦੱਸ ਦਿਓ ਭਾਈ ਸਾਹਿਬ ਆਵਾ ਪਾਇਤਾ ਵੀ ਮੈਂ ਇਸ ਕਰਕੇ ਦੱਸਾਂ ਜਾਂਦਾ ਆਈ ਐਮ ਆਫ ਦ ਸੈਂਟ ਸਕੂਲ ਲਾਈਕ 5th ਸਿੰਗ ਬਾਸ ਲੈਟਸ ਗੋ ओके 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 ਚਲੋ ਠੀਕ ਹੈ ਮੇਰੀ 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 ਛੁਪੇ ਰਹਿਣ ਦੀ ਚਾਹ ਕੋਈ ਗੱਲ ਨਹੀਂ ਸੋ ਚਲੋ ਬਹੁਤ ਵਾਹ ਬਹੁਤ 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 ਧੰਨਵਾਦ ਸੋ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀ ਦਰਸਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਕੁਝ ਕਰਕੇ ਇਤਨਾ ਕੁਝ ਕਰਕੇ ਉਹ ਜਿਹੜੀ ਚਮਕੌਰ ਦੀ ਜੰਗ ਸੀ ਉਸ ਦੇ ਵਿੱਚ ਸਾਰਾ ਕੁਝ ਸ਼ਹੀਦ ਕਰਾ ਕੇ ਹਰ ਚੀਜ਼ ਦੁਨਿਆਵੀ ਤੌਰ ਦੇ ਉੱਤੇ ਹੋਣ ਦੇ ਬਾਅਦ ਫਿਰ ਔਰੰਗਜ਼ੇਬ ਨੂੰ ਉਹ ਜ਼ਫਰਨਾਮਾ ਲਿਖ ਰਹੇ ਹਨ ਉਹ ਚੜ੍ਹਦੀ ਕਲਾ ਦਾ ਮਜਸਮਾ ਹੈ ਔਰੰਗਜ਼ੇਬ ਨੂੰ ਕਹਿ ਰਹੇ ਹਨ ਤੁਰਾ ਗਰ ਨਜ਼ਰ ਬਾਦ ਲਸ਼ਕਰ ਵਜ਼ਰ ਵਾ ਮਾਰਾ ਨਿਗਾਹ ਤੇ ਯਜ਼ਦਾ ਸ਼ੁਕਰ ਕਿ ਤੈਨੂੰ ਭਰੋਸਾ ਹੈ ਆਪਣੀਆਂ ਫੌਜਾਂ ਦੇ ਉੱਤੇ ਤੈਨੂੰ ਮਾਣ ਹੈ ਆਪਣੇ ਮਾਲੋ ਅਸਬਾਬ ਦੇ ਉੱਤੇ ਮੈਨੂੰ ਭਰੋਸਾ ਹੈ ਉਸ ਵਾਹਿਗੁਰੂ ਦੇ ਉੱਤੇ उस अकाल पुरख के उ उसू कह रहे हैं कि ऊरा गरूर असते बरमुल को वाल वारा वा निगाह अस यजद अकाल औरंगजेब कह रहे हैं कि हुमारा कसे साए आयत बजेर बरो दस्तदार नजागे दलेर जिस, दे जिस व्यक्ति देते खुदा देमर रूपी उस वितिहासक पंछी का साया हो जाए तेरे वर्गे औरंगजेब तेरे वर्गे का उसका की बिगाड़ सकते हैं ये विरसा है ये पिछोकड़ है ਸ੍ਰੀ ਪਗੋਤੀ ਜੀ ਸਹਾਇ ਲੈ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਖਾਲਸੇ ਦੀ ਰਚਨਾ ਕੀਤੀ ਔਰ ਉਹ ਵਿਰਸਾ ਉਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਉਸ ਦਾ ਕੁਝ ਕਿਣਕਾ ਅਸੀਂ ਲਈਏ ਔਰ ਅਸੀਂ ਇਸ ਦੇ ਤੋਂ ਲਾਭ ਉਠਾਈਏ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ ਤੁਸੀਂ info@justpunjabi.com ਜਾਂ lambda@justpunjabi.com ਤੇ ਜ਼ਰੂਰ ਲਿਖਣਾ ਔਰ ਅਗਲੇ ਹਫਤੇ ਇਸੇ ਸਮੇਂ ਮੰਗਲਵਾਰ ਨੂੰ ਰਾਤ 8:30 ਵਜੇ ਈਸਟਰਨ ਟਾਈਮ ਅਸੀਂ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ